ਸਤਿ ਸ਼੍ਰੀ ਅਕਾਲ ਸਤਲੁਜ ਚੈਨਲ ਵੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਸਰਕਾਰ ਦੇ ਵੱਲੋਂ ਲਿਆਂਦੇ ਗਏ ਤਿੰਨ ਕ੍ਰਿਮੀਨਲ ਲਾਜ਼ ਦੇ ਬਾਰੇ ਜਿਨ੍ਹਾਂ ਨੂੰ 170 ਸਾਲ ਬਾਅਦ ਬਦਲਿਆ ਗਿਆ ਹੈ ਅੰਗਰੇਜ਼ਾਂ ਦੇ ਸਮੇਂ ਬਣਾਏ ਗਏ ਕਾਨੂੰਨ ਬਦਲ ਕੇ ਨਵੇਂ ਰੂਪਰੇਖਾ ਦੇ ਵਿੱਚ ਲਿਆਂਦੇ ਗਏ ਨੇ ਇਹਨਾਂ ਕਾਨੂੰਨਾਂ ਤੇ ਗੱਲ ਕਰਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਜਿਸ ਦਿਨ 1 ਜੁਲਾਈ 2024 ਤੋਂ ਇਹ ਕਾਨੂੰਨ ਲਾਗੂ ਹੁੰਦੇ ਨੇ ਉਸ ਦਿਨ ਤੋਂ ਹੀ ਵਿਵਾਦ ਹੋ ਰਹੇ ਨੇ ਬਹੁਤ ਸਾਰੀਆਂ ਡਿਸਕਸਨਸ ਹੋ ਰਹੀਆਂ ਨੇ ਡਿਬੇਟਸ ਹੋ ਰਹੀਆਂ ਨੇ ਇਸ ਦੇ ਫਾਇਦੇ ਤੇ ਨੁਕਸਾਨ ਮਾਪੇ ਜਾ ਰਹੇ ਨੇ ਕਿ ਸੁਪਰੀਮ ਕੋਰਟ ਦੇ ਜਿਹੜੇ ਸੀਨੀਅਰ ਲਾਇਰ ਨੇ ਉਹ ਕਹਿੰਦੇ ਨੇ ਕਿ ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਇਸ ਦੇ ਅੰਜਾਮ ਬਹੁਤ ਖਤਰਨਾਕ ਹੋਣਗੇ ਕਿੰਨੇ ਖਤਰਨਾਕ ਹੋਣਗੇ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਜਗਤਾਰ ਸਿੰਘ ਸਿੱਧੂ ਜਗਤਾਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਜੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਹੁਤ ਹੁਬਕੇ ਲੋਕ ਸਭਾ ਦੇ ਵਿੱਚ ਭਾਸ਼ਣ ਦੇ ਰਹੇ ਸੀ 1 ਜੁਲਾਈ 2024 ਨੂੰ ਕਿ ਅੱਜ ਤੋਂ ਦੇਸ਼ ਦੇ ਵਿੱਚ ਬਸਤੀਵਾਦੀ ਕਾਨੂੰਨਾਂ ਦਾ ਜਿਹੜਾ ਖਾਤਮਾ ਹੋਇਆ ਤੇ ਇੱਕ ਨਵਾਂ ਕਾਨੂੰਨ ਰਾਜ ਸਥਾਪਿਤ ਹੋਇਆ ਹੁਣ ਦੇਰੀ ਨਹੀਂ ਹੁਣ ਨਿਆਂ ਮਿਲੇਗਾ ਆ ਆਈਪੀਸੀ ਸੀਆਰਪੀਸੀ ਤੇ ਆਈਈਏ ਤਿੰਨ ਕ੍ਰਿਮੀਨਲ ਲਾਜ਼ ਨੇ ਜਿਨ੍ਹਾਂ ਨੂੰ ਬਦਲਿਆ ਗਿਆ ਸਭ ਤੋਂ ਪਹਿਲਾਂ ਤੇ ਸਮਝਣਾ ਚਾਹਾਂਗੇ ਸਟਰਕਚਰ ਕੀ ਹੈ ਨਵੇਂ ਕਾਨੂੰਨਾਂ ਦਾ ਆ ਦੇਖੋ ਇਹ ਜਿਹੜੂ 1860 ਦੇ ਵਿੱਚ ਜਿਹੜਾ ਇੰਡੀਅਨ ਪਿਨਲ ਕੋਡ ਜੋ ਲਾਗੂ ਹੋਇਆ ਸੀ ਉਹ ਇਹ ਪਿਨਲ ਕੋਡ ਮਤਲਬ ਇਹ ਹੁੰਦਾ ਕਿ ਜੋ ਜਦੋਂ ਵੀ ਕੋਈ ਬੰਦਾ ਜੁਰਮ ਕਰਦਾ ਆਪਾਂ ਕਿਸ ਚੀਜ਼ ਨੂੰ ਜੁਰਮ ਮੰਨਾਂਗੇ ਪਹਿਲੀ ਗੱਲ ਜੁਰਮ ਦੀ ਜਿਹੜੀ ਹੈਗੀ ਹੈ ਪਰਿਭਾਸ਼ਾ ਉਹਦੀ ਡੈਫੀਨੇਸ਼ਨ ਉਸ ਤੋਂ ਬਾਅਦ ਉਹਦੀ ਸਜ਼ਾ ਕੀ ਹੋਏਗੀ ਮਤਲਬ ਆਪਾਂ ਮਰਡਰ ਕਿਹਨੂੰ ਕਵਾਂਗੇ ਔਰ ਮਰਡਰ ਦੀ ਸਜ਼ਾ ਕੀ ਹੋਏਗੀ ਇਹ ਇਹ ਜਿਹੜਾ ਹੈਗਾ ਆਈਪੀਸੀ ਉਸ ਤੋਂ ਬਾਅਦ ਸੀਆਰਪੀਸੀ ਮਤਲਬ ਜੇ ਕੋਈ ਬੰਦਾ ਜੁਰਮ ਕਰ ਦਿੰਦਾ ਤਾਂ ਉਹਨੂੰ ਜਿਹੜੀ ਸਜ਼ਾ ਉਹਦੇ ਖਿਲਾਫ ਐਫਆਈਆਰ ਕਿੱਥੇ ਦਰਜ ਹੋਏਗੀ ਉਦੇ ਖਿਲਾਫ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਦੀ ਤਫਤੀਸ਼ ਹੋ ਕਿਸ ਤਰ੍ਹਾਂ ਹੋਏਗੀ ਉਦੇ ਖਿਲਾਫ ਜਿਹੜਾ ਮੁਕਦਮਾ ਕਿੱਥੇ ਚੱਲੇਗਾ ਔਰ ਉਹਨੂੰ ਸਜ਼ਾ ਕਿਸ ਤਰੀਕੇ ਨਾਲ ਹੋਏਗੀ ਇਹ ਜਿਹੜਾ ਪ੍ਰੋਸੀਜਰ ਹੈ ਉਹ ਜਿਹੜਾ ਹੈਗਾ ਕ੍ਰਿਮੀਨਲ ਪ੍ਰੋਸੀਜਰ ਕੋਡ ਇਹ 1898 ਦੇ ਵਿੱਚ ਅੰਗਰੇਜ਼ਾਂ ਦੁਆਰਾ ਜਿਹੜਾ ਲਿਆਂਦਾ ਗਿਆ ਸੀ ਉਸ ਤੋਂ ਬਾਅਦ 1873 ਦੇ ਵਿੱਚ ਨੂੰ ਅਮੈਂਡ ਕੀਤਾ ਗਿਆ ਕਾਫੀ ਤੇ ਹੁਣ ਜਿਹੜਾ ਪ੍ਰੈਜ਼ੈਂਟ ਸਾਰੇ ਕੋਲ ਸੀ ਆਰ ਪੀ ਸੀ ਚੱਲ ਰਿਹਾ ਸੀ ਉਹ 1873 ਦਾ ਸੀ ਉਹਦੇ ਵਿੱਚ ਵੀ ਕਾਫੀ ਅਮੈਂਡਮੈਂਟਸ ਉਸ ਤੋਂ ਬਾਅਦ ਹੋਈਆਂ ਜਿਹੜੀਆਂ ਕਿ ਨਾਗਰਿਕਾਂ ਦੇ ਅਧਿਕਾਰਾਂ ਨੂੰ ਵੱਧ ਜਿਹੜਾ ਬਹੁਤ ਅਧਿਕਾਰ ਲਈ ਜਿਹੜਾ ਜਿਸ ਤਰ੍ਹਾਂ ਦੀ ਇਲੀਗਲ ਜੀ ਕਸਟਡੀ ਕਿਸ ਨੂੰ ਲਿਆ ਜਾਂਦਾ ਹੈ ਜਾਂ ਹੋਰ ਬਹੁਤ ਸਾਰੇ ਜਿਹੜੀ ਡੀਕੇ ਵਸੂ ਜੱਜਮਨ ਸਿੰਘ ਸੁਪਰੀਮ ਕੋਰਟ ਦੀ ਜਿਹਦੇ ਚ ਸੁਪਰੀਮ ਕੋਰਟ ਨੇ ਬਹੁਤ ਸਾਰੀਆਂ ਗਾਈਡਲਾਈਨਸ ਦਿੱਤੀਆਂ ਕਿ ਜਦੋਂ ਤੁਸੀਂ ਕਿਸੇ ਨੂੰ ਅਰੈਸਟ ਕਰਨਾ ਉਹਨੂੰ ਜਿਹੜਾ ਹੈਗਾ ਆਪਣਾ ਇੱਕ ਵਕੀਲ ਕਰਨ ਦਾ ਅਧਿਕਾਰ ਹੋਊਗਾ ਆਪਣੇ ਜਿਹੜਾ ਰਿਲੇਟਿਵ ਨੂੰ ਜਾਂ ਆਪਣੇ ਕਿਸੇ ਦੋਸਤ ਨੂੰ ਉਹ ਦੱਸੂਗਾ ਜੇ ਉਸ ਤੋਂ ਬਾਅਦ ਜਿਹੜਾ ਉਹਨੂੰ ਹਥਕੜੀ ਨਹੀਂ ਲਾਈ ਜਾਊਗੀ ਜੇ ਜਿੰਨਾ ਚਿਰ ਇਹ ਖਤਰਾ ਨਹੀਂ ਹੈ ਕਿ ਉਹ ਮਤਲਬ ਪਗੋੜਾ ਔਸਤ ਹੈ ਉਸ ਤੋਂ ਬਾਅਦ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਆਈ ਕਿ ਕਿਸੇ ਦੇ ਵੀ ਹੱਥਕੜੀ ਤੁਸੀਂ ਨਹੀਂ ਲਾ ਸਕਦੇ ਇਸ ਤਰ੍ਹਾਂ ਉਹਦੇ ਲਈ ਤੁਹਾਨੂੰ ਜਿਹੜੀ ਹੈਗੀ ਹੈ ਜੱਜ ਦੀ ਪਰਮਿਸ਼ਨ ਪਹਿਲਾਂ ਲੈਣੀ ਪੈਗੀ ਤੇ ਇਹ ਸਾਰਾ ਪ੍ਰੋਸੀਜਰ ਹੈ ਉਸ ਤੋਂ ਬਾਅਦ ਉਹਦੇ ਖਿਲਾਫ ਜਿਹੜੇ ਸਬੂਤ ਕਿਸ ਤਰ੍ਹਾਂ ਪੇਸ਼ ਹੋਣਗੇ ਉਹ ਇੰਡੀਅਨ ਐਵੀਡੈਂਸ ਐਕਟ ਸੀਗਾ ਜਿਹੜਾ 1872 ਦੇ ਵਿੱਚ ਉਹ ਬੜਾ ਖੂਬਸੂਰਤ ਜਿਹੜਾ ਕਾਨੂੰਨ ਹੈ ਉਹ ਦੁਨੀਆ ਦਾ ਮਤਲਬ ਮਾਸਟਰਪੀਸ ਮੰਨਿਆ ਜਾਂਦਾ ਉਹਦੇ ਚ ਹੁਣ ਵੀ ਜਿਹੜਾ ਨਵਾਂ ਕਾਨੂੰਨ ਉਹਦਾ ਭਾਵੇਂ ਨਾਂ ਬਦਲ ਦਿੱਤਾ ਕਿ ਪਰ 99% ਉਹ ਉਹ ਬਦਲ ਨਹੀਂ ਸਕਿਓ ਉਹਨੂੰ ਤਾਂ ਉਹ ਜਿਹੜਾ ਇੰਡੀਅਨ ਐਵੀਡੈਂਸ ਐਕਟ ਹੈ ਉਹ ਗੱਲ ਕਰਦਾ ਕਿ ਸਬੂਤ ਕਿਹੜੇ ਮੰਨੇ ਜਾਣਗੇ ਮਤਲਬ ਜੇ ਕੋਈ ਬੰਦਾ ਪੁਲਿਸ ਦੀ ਕਸਟਡੀ ਦੇ ਵਿੱਚ ਕੋਈ ਬਿਆਨ ਦਿੰਦਾ ਉਹਨੂੰ ਸਬੂਤ ਮੰਨਾਂਗੇ ਜਾਂ ਨਹੀਂ ਮੰਨਾਂਗੇ ਇਹ ਮੰਨਾਂਗੇ ਤਾਂ ਕਿੰਨਾ ਮੰਨਾਂਗੇ ਤੇ ਉਹ ਹੁਣ ਇਹਨਾਂ ਨੇ ਜਿਹੜਾ ਇਹ ਕਹਿ ਕੇ ਕਿ ਅਸੀਂ ਡੀ ਕੋਲੋਨਾਈਜ਼ ਕਰ ਰਹੇ ਹਾਂ ਮਤਲਬ ਅਸੀਂ ਜਿਹੜਾ ਬਸਤੀਵਾਦੀ ਕਾਨੂੰਨ ਸੀ ਜਿਹੜਾ ਪਹਿਲਾਂ ਟੈਲੀਗ੍ਰਾਫ ਐਕਟ ਬਦਲਿਆ ਗਿਆ ਹੁਣ ਜਿਹੜੇ ਨਵੇਂ ਡਿਜੀਟਲ ਲਾਜ਼ ਜਿਹੜੇ ਕਿਆ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਬਸਤੀਵਾਦੀ ਕਾਨੂੰਨਾਂ ਨੂੰ ਬਦਲ ਰਹੇ ਹਾਂ ਪਰ ਬਸਤੀਵਾਦੀ ਅਸਲ ਦੇ ਵਿੱਚ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਬਸਤੀਵਾਦੀ ਜਿਹੜਾ ਕਾਨੂੰਨ ਸੀ ਉਹਨਾਂ ਦੇ ਸਾਨੂੰ ਨੁਕਸਾਨ ਕੀ ਸੀ ਤਾਂ ਅੰਗਰੇਜ਼ ਅੰਗਰੇਜ਼ ਜਦੋਂ 1858 ਦੇ ਵਿੱਚ ਵਿਦਰੋਹ ਤੋਂ ਬਾਅਦ ਜਦੋਂ ਡਾਇਰੈਕਟ ਕੰਟਰੋਲ ਜਿਹੜਾ ਹੈਗਾ ਇੰਗਲੈਂਡ ਦਾ ਇੰਡੀਆ ਤੇ ਹੋਇਆ ਤਾਂ ਉਹਨਾਂ ਨੇ ਭਾਰਤ ਦੇ ਲੋਕਾਂ ਦੀ ਆਜ਼ਾਦੀ ਨੂੰ ਜਿਹੜਾ ਖਤਮ ਕਰਨ ਦੇ ਲਈ ਇੱਕ ਪਿਨਲ ਕੋਡ ਲਿਆਂਦਾ ਉਸ ਤੋਂ ਬਾਅਦ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਲਿਆਂਦਾ ਜਿਸ ਦੇ ਵਿੱਚ ਇਹ ਸੀ ਕਿ ਪੁਲਿਸ ਵਾਲਾ ਕਿਸੇ ਨੂੰ ਵੀ ਸ਼ੱਕ ਦੇ ਆਧਾਰ ਤੇ ਉਹਨੂੰ ਅਰੈਸਟ ਕਰ ਸਕਦਾ ਉਸ ਤੋਂ ਬਾਅਦ ਜਿਹੜਾ ਉਹਨੂੰ ਕੋਈ ਸੁਣਵਾਈ ਨਹੀਂ ਉਹਦੀ ਤੇ ਪੁਲਿਸ ਦੇ ਜਿਹੜਾ ਹੈਗਾ ਉਹਦਾ ਬਿਆਨ ਉਹਦੇ ਉਹਦੇ ਖਿਲਾਫ ਹੀ ਮਤਲਬ ਉਹ ਤੋਂ ਬਿਆਨ ਲੈ ਕੇ ਤੇ ਉਹਦੇ ਖਿਲਾਫ ਹੀ ਉਬਰਤਿਆ ਜਾਂਦਾ ਸੀ ਤੋਂ ਇਹ ਇਹ ਜਿਹੜਾ ਲੋਕਾਂ ਦੀ ਜਿਹੜੀ ਆਜ਼ਾਦੀ ਖੋਹ ਲੈਣੀ ਬਿਨਾ ਪ੍ਰੋਸੀਜਰ ਤੋਂ ਇਹ ਜਿਹੜੇ ਬਸਤੀਵਾਦੀ ਕਾਨੂੰਨ ਸੀ ਉਸ ਤੋਂ ਬਾਅਦ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਇਹੀ ਕਾਨੂੰਨ ਕੰਟੀਨਿਊ ਰਹੇ ਪਰ ਉਹਦੇ ਵਿੱਚ ਸਮੇਂ-ਸਮੇਂ ਤੇ ਸੋਧਾਂ ਹੁੰਦੀਆਂ ਗਈਆਂ ਤੇ ਜਿਹਦੇ ਵਿੱਚ ਕਿ ਜਦੋਂ-ਜਦੋਂ ਸਾਨੂੰ ਲੱਗਿਆ ਕਿ ਵੀ ਇਹ ਹੁਣ ਜਿਹੜਾ ਕਾਨੂੰਨ ਹੈ ਇਹਨੂੰ ਬਦਲਣ ਦੀ ਜ਼ਰੂਰਤ ਹੈ ਤੋਂ ਬਹੁਤ ਸਾਰਾ ਜਿਹੜਾ ਕਾਨੂੰਨ ਸੀ ਉਹ ਅਪ ਟੂ ਡੇਟ ਸੀ ਇਸ ਤਰ੍ਹਾਂ ਨਹੀਂ ਕਹਿ ਸਕਦੇ ਆਪਾਂ ਕਿ ਉਹ 1860 ਦਾ ਬਣਿਆ ਹੋਇਆ ਸੀ ਜਾਂ 1872 ਦਾ ਕਾਨੂੰਨ ਬਣਿਆ ਹੋਇਆ ਸੀ ਤਾਂ ਇਹਦਾ ਮਤਲਬ ਕਿ ਉਹ ਕਾਨੂੰਨ ਦੇ ਵਿੱਚ ਕੋਈ ਕਮੀ ਸੀ ਹੁਣ ਇਹ ਅਸਲ ਦੇ ਵਿੱਚ ਇਹਨਾਂ ਨੇ ਇਹਨਾਂ ਕਾਨੂੰਨਾਂ ਨੂੰ ਹੋਰ ਵੀ ਬਸਤੀਵਾਦੀ ਜਿਹੜਾ ਬਣਾ ਦਿੱਤਾ ਮਤਲਬ ਕਿ ਸਾਡੀ ਆਜ਼ਾਦੀ ਹੋਰ ਵੀ ਜ਼ਿਆਦਾ ਖੋਹ ਲਈ ਗਈ ਹੈ ਬੇਸਿਕਲੀ ਇਹਨੂੰ ਇਸ ਇਹਨਾਂ ਕਾਨੂੰਨਾਂ ਨੇ ਪੁਲਿਸ ਰਾਜ ਬ ਪੁਲਿਸ ਰਾਜ ਦਾ ਮਤਲਬ ਕਿ ਹੁਣ ਵੀ ਪੁਲਿਸ ਤੁਹਾਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕਰ ਸਕਦੀ ਹੈ ਪੁਲਿਸ ਆਪਣੀ ਮਨਮਰਜ਼ੀ ਕਰ ਸਕਦੀ ਹੈ ਔਰ ਪੁਲਿਸ ਜਿਹੜੀ ਐਫ ਆਈ ਆਰ ਜਿਹੜਾ ਕਰਨੀ ਹੈ ਹੁਣ ਇੱਥੇ ਡਬਲ ਐਜ ਹੋ ਗਿਆ ਪਹਿਲਾਂ ਇਹ ਇਹ ਹੈ ਕਿ ਇੱਕ ਲਲਿਤਾ ਕਮਰੀ ਜਜਮੈਂਟ ਆਈ ਸੀ ਸੁਪਰੀਮ ਕੋਰਟ ਦੀ ਉਹਦੇ ਚਾਹ ਕਿ ਜਦੋਂ ਵੀ ਕਿਸੇ ਦੇ ਖਿਲਾਫ ਕੋਈ ਜੁਰਮ ਹੁੰਦਾ ਹੈ ਪਹਿਲਾਂ ਪੁਲਿਸ ਨੂੰ ਪਰਚਾ ਦਰਜ ਨਹੀਂ ਕਰਦੀ ਸੀ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਕਿਸੇ ਖਿਲਾਫ ਕੋਈ ਜਿਹੜਾ ਜੁਰਮ ਹੁੰਦਾ ਹੈ ਉਹ ਜੇ ਪੁਲਿਸ ਵਾਲੇ ਕੋਲ ਜਾਂਦਾ ਹੈ ਤਾਂ ਉਹਨੂੰ ਐਫ ਆਈ ਆਰ ਦਰਜ ਕਰਨੀ ਪਊਗੀ ਉਹਦੇ ਕੋਲ ਉਹਦੀ ਇਹ ਨਹੀਂ ਕਿ ਡਿਸਕ੍ਰੀਸ਼ਨ ਉਹਦੀ ਹੁਣ ਇਹਨਾਂ ਨੇ ਬਦਲ ਕੇ ਉਹ ਜਜਮੈਂਟ ਨੂੰ ਬਿਨਾ ਪਾਰਲੀਮੈਂਟ ਚ ਡਿਸਕਸ ਕੀਤੇ ਬਿਨਾ ਬਦਲੇ ਉਹ ਜਜਮੈਂਟ ਦਾ ਪ੍ਰਭਾਵ ਖਤਮ ਕਰਤਾ ਤੇ ਇਹ ਕਰ ਦਿੱਤਾ ਕਿ ਕੋਈ ਵੀ ਪੁਲਸਰ ਉਹ ਆਪਣੇ ਡੀਐਸਪੀ ਜਾਂ ਐਸਐਸਪੀ ਨੂੰ ਦੀ ਪਰਮਿਸ਼ਨ ਲੈ ਕੇ ਕਿਸੇ ਵੀ ਕੇਸ ਚ ਪਹਿਲਾਂ ਤਫਤੀਸ਼ ਕਰ ਸਕਦਾ ਹੈ ਕਿ ਵਾਕਈ ਜੁਰਮ ਹੋਇਆ ਕਿ ਨਹੀਂ ਹੋਇਆ ਤਾਂ ਹੁਣ ਜੇ ਕੋਈ ਬੰਦੇ ਦੇ ਖਿਲਾਫ ਕਿਸੇ ਦੋਸ਼ੀ ਦੇ ਖਿਲਾਫ ਕੰਪਲੇਂਟ ਗਈ ਹੈ ਤਾਂ ਉਹਨੇ ਰਿਸ਼ੋ ਦਿੱਤੀ ਉਹਨੂੰ ਜੋ ਕੋਈ ਅਸਰ ਸੁਖ ਵਾਲਾ ਬੰਦਾ ਹੈ ਤਾਂ ਪੁਲਸ ਵਾਲਾ ਕਹਿੰ ਗਿਆ ਕਿ ਮੈਂ ਤਫਤੀਸ਼ ਕਰ ਰਿਹਾ ਉਹ ਸਿੰਪਲ ਇੱਕ ਸਟੇਟਮੈਂਟ ਦੇ ਦੇਗਾ ਕਿ ਮੈਂ ਤਫਤੀਸ਼ ਕੀਤੀ ਮੈਂ ਪਾਇਆ ਕਿ ਇਸ ਤਰ੍ਹਾਂ ਦਾ ਕੋਈ ਜੁਰਮ ਨਹੀਂ ਹੋਇਆ ਇਸ ਕਰਕੇ ਇਹ ਜਿਹੜਾ ਐਫ ਆਈ ਆਰ ਇਸੇ ਦਰਜ ਕਰਨ ਨਹੀਂ ਬਣਦੀ ਤੇ ਇਹ ਜਿਹੜਾ ਅਧਿਕਾਰ ਪੁਲਸ ਨੂੰ ਦੇ ਦਿੱਤਾ ਗਿਆ ਔਰ ਦੂਸਰੇ ਪਾਸੇ ਕਿਸੇ ਤੇ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਜਾਂਦਾ ਔਰ ਜਿਹੜੀਆਂ ਅਸੀਂ ਜਿਹੜੀਆਂ ਐਫ ਆਈ ਆਰ ਪੜ੍ਹਦੇ ਹਾਂ ਜਿਸ ਤਰ੍ਹਾਂ ਕਿ ਐਨ ਡੀ ਪੀ ਐਸ ਦੇ ਵਿੱਚ ਜਾਂ ਹੋਰ ਕੇਸਾਂ ਦੇ ਵਿੱਚ ਉੱਥੇ ਪੁਲਸ ਵਾਲੇ ਦੀ ਮਰਜ਼ੀ ਹੈ ਐਫ ਆਈ ਆਰ ਕਿੱਦਾਂ ਦਰਜ ਹੁੰਦੀ ਹੈ ਹਰ ਐਫ ਆਈ ਆਰ ਦੀ ਇੱਕ ਕਹਾਣੀ ਕਿ ਜੀ ਮੈਨੂੰ ਮੁ ਔਰ ਮੈਨੂੰ ਜਿਹੜੀ ਇਹ ਜਾਣਕਾਰੀ ਪੁਖਤਾ ਲੱਗਦੀ ਹੈ ਕਿ ਫਲਾਣਾ ਬੰਦਾ ਨਸ਼ਾ ਵੇਚ ਰਿਹਾ ਤੁਸੀਂ ਐਫ ਆਈ ਆਰ ਦਰਜ ਕਰ ਦਿਓ ਤੇ ਮੈਂ ਰੇਡ ਕਰਨ ਚੱਲਿਆ। ਮਤਲਬ ਬਿਨਾ ਕੋਈ ਕੋਈ ਤੁਹਾਡੇ ਕੋਲੇ ਰਿਕਵਰੀ ਕੀਤੇ ਕਿ ਉਧਰ ਕੁਝ ਮਿਲਿਆ ਕਿ ਨਹੀਂ ਮਿਲਿਆ ਪਹਿਲਾਂ ਐਫ ਆਈ ਆਰ ਦਰਜ ਹੁੰਦੀ ਹੈ ਫਿਰ ਜਾ ਕੇ ਉਹਦੇ ਰੇਡ ਕੀਤੀ ਜਾਂਦੀ ਹੈ। ਇਹਦਾ ਤਾਂ ਕਿਸੇ ਨੂੰ ਵੀ ਅਤਵਾਦੀ ਤੇ ਗੈਂਗਸਟਰ ਬਣਾ ਦਿੱਤਾ ਜਾ ਸਕਦਾ। ਬਿਲਕੁਲ ਉਹ ਔਰ ਇਹ ਜਿਹੜਾ ਔਰ ਦੂਸਰਾ ਫਿਰ ਉਸ ਤੋਂ ਬਾਅਦ ਇੱਕ ਐਫ ਆਈ ਆਰ ਦਰਜ ਹੋ ਗਈ ਉਸ ਤੋਂ ਬਾਅਦ ਕਿਸੇ ਬੰਦੇ ਨੂੰ ਤੁਸੀਂ ਸ਼ੱਕ ਦੇ ਆਧਾਰ ਤੇ ਚੱਕ ਲਿਆ। ਉਸ ਤੋਂ ਬਾਅਦ ਜਿਹੜਾ ਹੈਗਾ ਆਉਂਦਾ ਅੱਗੇ ਪੁਲਿਸ ਰਿਮਾਂਡ ਜਜ ਦੇਦ ਨੂੰ ਪੇਸ਼ ਕੀਤਾ ਜਾਂਦਾ ਤਾਂ ਪਹਿਲਾ ਕਾਨੂੰਨ ਇਹ ਸੀ ਕਿ ਪਹਿਲੇ 15 ਦਿਨ ਹੀ ਅਰੈਸਟ ਦੇ ਤੁਸੀਂ ਉਹਨੂੰ ਜਿਹੜਾ ਹੈਗਾ ਪੁਲਿਸ ਰਿਮਾਂਡ ਲੈ ਸਕਦੇ ਹੋ ਹਾਲਾਂਕਿ ਉਹਦੇ ਚ ਵੀ ਬਹੁਤ ਸਾਰੀਆਂ ਜਿਹੜੀਆਂ ਇਲੀਗੈਲਿਟੀਜ਼ ਹੈਗੀਆਂ ਸੀ ਪਰ ਚਲੋ ਖੈਰ ਵੀ ਇੱਕ ਇੱਕ ਥੋੜੀ ਪ੍ਰੋਟੈਕਸ਼ਨ ਸੀ ਕਿ ਪਹਿਲੇ 15 ਦਿਨ ਜੇ ਬੰਦੇ ਦਾ ਟਾਰਚਰ ਹੋਏਗਾ ਤਾਂ ਪਹਿਲੇ 15 ਦਿਨਾਂ ਉਸ ਤੋਂ ਬਾਅਦ ਫਿਰ ਉਹਨੂੰ ਜੁਡੀਸ਼ੀਅਲ ਕਸਟਡੀ ਚ ਭੇਜਣਾ ਹੀ ਪੈਂਦਾ ਸੀ ਚਾਹੇ ਜਿੱਡਾ ਮਰਜ਼ੀ ਉਹਨੇ ਜੁਰਮ ਕੀਤਾ ਹੋਵੇ ਜਾਂ ਜਿਹੜੇ ਮਰਜ਼ੀ ਜੁਰਮ ਦੇ ਉਹ ਤੇ ਦੋਸ਼ ਹੋਣ ਹੁਣ ਉਹਨੂੰ ਬਦਲ ਕੇ ਕਰ ਦਿੱਤਾ ਗਿਆ ਹੈ ਕਿ 90 ਦਿਨਾਂ ਚ ਕਦੋਂ ਵੀ 2 ਦਿਨ ਕਰਕੇ 3 ਦਿਨ ਕਰਕੇ 4 ਤੋ ਉਹ ਇੱਕ ਬਹੁਤ ਜਿਹੜਾ ਹੈਗਾ ਬਹੁਤ ਖਤਰਨਾਕ ਇਹ ਤਾਰਾ ਪਾ ਦਿੱਤੀ ਗਈ ਆ ਉਸ ਤੋਂ ਬਾਅਦ ਇੱਕ 2005 ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀ ਸੀਆਰਪੀਸੀ ਦੇ ਵਿੱਚ ਕਿ ਜੇ ਕਿਸੇ ਦੀ ਪੁਲਿਸ ਕਸਟਡੀ ਚ ਮੌਤ ਹੁੰਦੀ ਹੈ ਜਾਂ ਕਿਸੇ ਔਰਤ ਨਾਲ ਕਿਸ ਦੀ ਕਸਟਡੀ ਚ ਰੇਪ ਹੋ ਜਾਂਦਾ ਹੈ ਜਾਂ ਕੋਈ ਪੁਲਿਸ ਦੀ ਕਸਟਡੀ ਚੋਂ ਕੋਈ ਡਿਸ ਅਪੀਅਰ ਹੋ ਜਾਂਦਾ ਤਾਂ ਉਹਦੀ ਜੁਡੀਸ਼ੀਅਲ ਇਨਕੁਆਇਰੀ ਹੋਊਗੀ ਉਹਦੀ ਜੁਡੀਸ਼ੀਅਲ ਮੈਜਿਸਟਰੇਟ ਦੀ ਜਾਂਚ ਕਰੇਗਾ ਜਿਸ ਤਰ੍ਹਾਂ ਆ ਪਪਾ ਦੇਖਿਆ ਖੜਕੂਵਾਦ ਵਾਲੇ ਬਹੁਤ ਮਸ਼ਹੂਰ ਕੇਸ ਆ ਕਿ ਜਥੇ ਸਰ ਕੌਕੇ ਨੂੰ ਅੱਜ ਤੱਕ ਕਿਹਾ ਜਾਂਦਾ ਹੈ ਕਿ ਜੋ ਕਿ ਜੋ ਭੱਜ ਗਏ ਉਹਨੂੰ ਕਸਟਡੀ ਚੋਂ ਡਿਸਪੀਅਰ ਹੋਏ ਨੇ ਆਪਨੂੰ ਪਤਾ ਕਿ ਉਹਨੂੰ ਖਪਾ ਦਿੱਤਾ ਗਿਆ ਜਸਵੰਤ ਸਿੰਘ ਖਾਲੜਾ ਕੇਸ ਸਪੀਡ ਜਸਵੰਤ ਸਿੰਘ ਖਾਲੜਾ ਹੈਨਾ ਆਪਨੂੰ ਪਤਾ ਕਿ ਉਹਨੂੰ ਖਪਾ ਦਿੱਤਾ ਗਿਆ ਤੇ ਪਰ ਇਹਦੀ ਹੁਣ ਜੁਡੀਸ਼ੀਅਲ ਇਨਕੁਆਰੀ ਨਹੀਂ ਹੋਏਗੀ ਪਹਿਲਾਂ ਉੱਥੇ ਜਿਹੜਾ ਲਫ਼ਜ਼ ਸੀਗਾ ਜੁਡੀਸ਼ੀਅਲ ਮੈਜਿਸਟ੍ਰੇਟ ਤੇ ਹੁਣ ਕੀ ਉਹ ਜੁਡੀਸ਼ੀਅਲ ਲਫ਼ਜ਼ ਕੱਟ ਕੇ ਸਿਰਫ ਮੈਜਿਸਟ੍ਰੇਟ ਕਰਤਾ ਤਾਂ ਮੈਜਿਸਟ੍ਰੇਟ ਦਾ ਮਤਲਬ ਕੀ ਹੈ ਐਗਜ਼ੀਕਿਊਟਿਵ ਮੈਜਿਸਟ੍ਰੇਟ ਮਤਲਬ ਤਸੀਹਂਦਾਰ ਐਸ ਡੀ ਐਮ ਜਾਂ ਡੀ ਸੀ ਇਹਨਾਂ ਤੋਂ ਇਨਕੁਆਰੀ ਕਰਵਾ ਕੇ ਤੁਸੀਂ ਰਿਪੋਰਟ ਦਾਖਲ ਕਰ ਦੋਗੇ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕੋਈ ਪੁਲਿਸ ਨੇ ਕੋਈ ਟੌਰਚਰ ਨਹੀਂ ਕੀਤਾ ਤੇ ਇਹ ਸਾਰੇ ਜਿਹੜੇ ਇਲਜ਼ਾਮ ਨੇ ਬੇਬੁਨਿਆਦ ਨੇ ਕਿਉਂਕਿ ਜਿਹੜੇ ਤਸ਼ੀਲਦਾਰ ਆ ਔਰ ਜਿਹੜਾ ਐਸਡੀਐਮ ਔਰ ਡੀਸੀ ਆ ਉਹ ਸਰਕਾਰ ਦੇ ਸਿੱਧਾ ਅੰਡਰ ਹੁੰਦਾ ਹੈ ਔਰ ਉਹ ਸਰਕਾਰ ਦੇ ਏਜੰਟ ਨੇ ਉਹ ਸੋ ਇਹ ਜਿਹੜਾ ਇੱਕ ਪੁਲਿਸ ਨੂੰ ਬਹੁਤ ਵੱਡਾ ਜਿਹੜਾ ਖਤਰਨਾਕ ਜਿਹੜਾ ਅਧਿਕਾਰ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਹੁਣ ਇਹਨਾਂ ਨੇ ਜਿਹੜਾ ਕਿਹਾ ਹਵਾਲਾ ਇਹ ਦਿੱਤਾ ਕਿ ਜੀ ਕੇਸ ਬਹੁਤ ਸਾਰੇ ਪੈਂਡਿੰਗ ਪਏ ਨੇ ਤਾਂ ਅਸੀਂ ਇਹ ਕਾਨੂੰਨ ਇਸ ਕਰਕੇ ਲਿਆ ਰਹੇ ਹਾਂ ਕਿਉਂਕਿ ਉਹ ਜਿਹੜੇ ਕਾਨੂੰਨ ਅਸੀਂ ਉਹਨਾਂ ਨੂੰ ਸਪੀਡ ਟ੍ਰਾਇਲ ਕਰਨਾ ਤਾਂ ਕਿ ਫੈਸਲੇ ਜਲਦੀ ਹੋ ਸਕਣ ਦੋਸ਼ੀ ਛੁੱਟ ਜਾਂਦੇ ਨੇ ਕਨੈਕਸ਼ਨ ਰੇਟ ਬਹੁਤ ਘੱਟ ਹੈ ਸਜ਼ਾਵਾਂ ਘੱਟ ਹੁੰਦੀਆਂ ਨੇ ਤੋਂ ਉਹਦੇ ਲਈ ਜਿਹੜਾ ਸਾਡਾ ਪੁਲਿਸ ਜਿਹੜੇ ਰਿਫਾਰਮਜ਼ ਜ਼ਰੂਰੀ ਹੈ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਆ ਉਹਦੇ ਜਿਹੜੇ ਲੂਪ ਹੋਲ ਨੇ ਉਹ ਸੁਧਾਰ ਕਰਨ ਦੀ ਜ਼ਰੂਰਤ ਹੈ ਨਾ ਕਿ ਜਿਹੜਾ ਪ੍ਰੋਸੀਜਰ ਪ੍ਰੋਸੀਜਰ ਆਪਣੇ ਬਹੁਤ ਅੱਛਾ ਪ੍ਰੋਸੀਜਰ ਹੈ ਔਰ 1872 ਦਾ ਹੀ ਕਾਨੂੰਨ ਹੈ ਜਿਹੜਾ ਇੰਡੀਅਨ ਐਵੀਡੈਂਸ ਐਕਟ ਜਿਹੜਾ ਇਹ ਕਹਿੰਦਾ ਕਿ ਵੀ ਆਪ ਨੂੰ ਪਤਾ ਕਿ ਪੁਲਿਸ ਟਾਰਚਰ ਕਰਕੇ ਬੰਦੇ ਤੋਂ ਬਿਆਨ ਲੈਂਦੀ ਹੈ ਔਰ 1872 ਕਸਟਡੀ ਚ ਦਿੱਤਾ ਹੋਇਆ ਬਿਆਨ ਕਿਸੇ ਦੋਸ਼ੀ ਦੇ ਖਿਲਾਫ ਨਹੀਂ ਵਰਤਿਆ ਜਾਊਗਾ ਉਹ ਉਹ ਵੈਲਿਡ ਨਹੀਂ ਹੋਊਗਾ। ਮਤਲਬ ਇੱਕ ਇੱਕ ਜਿਹਨੂੰ ਬਸਤੀਵਾਦੀ ਕਾਨੂੰਨ ਅਸੀਂ ਕਹਿ ਰਹੇ ਹਾਂ ਉਹ ਤਾਂ ਇੱਥੋਂ ਤੱਕ ਕਹਿ ਰਹੇ ਆ ਕਿ ਜੇ ਤੁਹਾਡੇ ਮਤਲਬ ਕੋਈ ਪੁਲਿਸ ਵਾਲੇ ਕੋਲੇ ਤੁਸੀਂ ਬਿਆਨ ਦਿੰਨੇ ਹੋ ਤਾਂ ਉਹ ਵੈਲਿਡ ਨਹੀਂ ਆ ਪਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਯੂਪੀਏ ਆਇਆ 181960 ਦੇ ਵਿੱਚ ਫਿਰ ਟਾਡਾ ਆਇਆ ਫਿਰ ਉਸ ਤੋਂ ਜਿਹੜਾ ਪੋਟਾ ਆਇਆ ਉਹਨਾਂ ਦੇ ਵਿੱਚ ਇਹਨਾਂ ਨੇ ਇੱਕ ਕਾਨੂੰਨ ਪਾਏਗੇ ਕਿ ਪੁਲਿਸ ਦੀ ਕਸਟਡੀ ਚ ਜੇ ਦੋਸ਼ੀ ਬਿਆਨ ਦਿੰਦਾ ਹੈ ਕਿ ਆਪਣਾ ਜੁਰਮ ਕਬੂਲ ਕਰਦਾ ਹੈ ਉਹ ਜਿਹੜਾ ਹੈਗਾ ਉਹ ਵੈਲਿਡ ਮੰਨਿਆ ਜਾਊ ਕੰਫੈਸ਼ਨ ਉਹਦੇ ਬੇਸ ਤੇ ਉਹਦੀ ਉਹਨੂੰ ਸੋਚਿਆ ਹੋ ਸਕਦੀ ਹੈ ਤੇ ਇਸ ਤਰ੍ਹਾਂ ਦੇ ਕਾਨੂੰਨ ਜਦੋਂ ਅਸੀਂ ਇੱਕ ਪਾਸੇ ਅਸੀਂ ਕਹਿ ਰਹੇ ਕਿ ਬਸਤੀਵਾਦੀ ਕਾਨੂੰਨ ਜਿਹੜੇ ਸਾਨੂੰ ਕੁਝ ਅਧਿਕਾਰ ਦਿੰਦੇ ਸੀ ਪਰ ਜਦੋਂ ਸਰਕਾਰ ਸਾਡੀ ਆਈ ਚੁਣੀ ਹੋਈ ਸਰਕਾਰ ਸੋ ਕਾਲਡ ਉਹ ਜਿਹੜੇ ਸਾਡੇ ਸਾਰੇ-ਸਾਰੇ ਜਿਹੜੇ ਅਧਿਕਾਰ ਉਹ ਖੋ ਰਹੀ ਹੈ ਉਹ ਬਿਲਕੁਲ ਪੁਲਸ ਸਾਜ ਬਣਾ ਰਹੀ ਹੈ ਨਾ ਜਗਤਾਰ ਜੀ ਇੱਕ ਇੱਕ ਚੀਜ਼ ਸਮਝਣਾ ਚਾਹਾਂਗੇ ਇੱਕ ਚੀਜ਼ ਨਾ ਵਾਰ-ਵਾਰ ਆਉਂਦੀ ਹੈ ਜਦੋਂ ਇਸ ਕਾਨੂੰਨਾਂ ਦੇ ਬਾਰੇ ਪੜਿਆ ਗਿਆ ਡੀਪਲੀ ਤ ਇਕ ਚੀਜ਼ ਹੈ ਕਿ ਜਿਹੜਾ ਬੰਦਾ ਫ੍ਰੀडम ਆਫ ਆਫ ਐਕਸਪ੍ਰੈਸ਼ਨ ਫ੍ਰੀडम ਆਫ ਸਪੀਚ ਸਮਾਜਿਕ ਕਾਰਕੂਨ ਨਰਨੇ ਪ੍ਰਦਰਸ਼ਨ ਕਰਦੇ ਨੇ ਆਪਣੇ ਹੱਕਾਂ ਲਈ ਮੁਜ਼ਾਰੇ ਕਰਦੇ ਨੇ ਉਹਨਾਂ ਲਈ ਇਹ ਕਾਨੂੰਨ ਖਤਰਨਾਕ ਸਾਬਿਤ ਹੋ ਸਕਦੇ ਨੇ ਇਹ ਸਮਝਣਾ ਚਾਹਾਂਗੇ ਕਿਸ ਤਰੀਕੇ ਬਿਲਕੁਲ ਇਹ ਇਹ ਬਹੁਤ ਤੁਹਾਡਾ ਸਵਾਲ ਅੱਛਾ ਹੈ ਔਰ ਇਹਦੇ ਚ ਜਿਹੜਾ ਸਾਨੂੰ ਸੰਵਿਧਾਨ ਦੀ ਜਿਹੜੀ ਧਾਰਾ 19 ਹੈ ਉਹ ਸਾਨੂੰ ਫ੍ਰੀडम ਆਫ ਐਕਸਪ੍ਰੈਸ਼ਨ ਫ੍ਰੀडम ਆਫ ਐਸੋਸੀਏਸ਼ਨ ਐਂਡ ਫ੍ਰੀडम ਅਸੈਂਬਲ ਮਤਲਬ ਤੁਸੀਂ ਆਪਣੀ ਗੱਲ ਰਹਿਸ ਰੱਖ ਸਕਦੇ ਹੋ ਸ਼ਾਂਤੀਪੂਰਨ ਤਰੀਕੇ ਨਾਲ ਨੰਬਰ 2 ਤੁਸੀਂ ਆਪਣੀ ਜਥੇਬੰਦੀ ਬਣਾ ਸਕਦੇ ਹੋ ਨੰਬਰ 3 ਤੁਸੀਂ ਸ਼ਾਂਤੀਪੂਰਨ ਤਰੀਕੇ ਨਾਲ ਕੋਈ ਧਰਨਾ ਦੇ ਸਕਦੇ ਹੋ ਇਹ ਤਿੰਨੋਂ ਅਧਿਕਾਰ ਇਹ ਜਿਹੜੇ ਕਾਨੂੰਨੀ ਖੋਰੇ ਨੇ ਦੇਖੋ ਬੇਸਿਕ ਜਿਹੜਾ ਕ੍ਰਿਮੀਨਲ ਜੂਰਿਸਪ੍ਰੂਡੈਂਸ ਹੈ ਜਿਹੜਾ ਜਿਹੜਾ ਕ੍ਰਿਮੀਨਲ ਕਾਨੂੰਨ ਹੈ ਉਹ ਇਹ ਕਹਿੰਦਾ ਹੈ ਕਿ ਜਦੋਂ ਕੋਈ ਬੰਦਾ ਜੁਰਮ ਕਰੇਗਾ ਤਾਂ ਸਜ਼ਾ ਮਿਲੇਗੀ ਪਰ ਇੱਥੇ ਇੱਕ ਨਵੀਂ ਗੱਲ ਐਡ ਕੀਤੀ ਗਈ ਹੈ ਕਿ ਜੇ ਤੁਸੀਂ ਡਿਸੈਂਟਿੰਗ ਵੌਇਸ ਰੱਖਦੇ ਹੋ ਤੁਸੀਂ ਸਰਕਾਰ ਨਾਲ ਸਹਿਮਤ ਨਹੀਂ ਤਾ ਵੀ ਤੁਹਾਡੇ ਤੇ ਦੇਸ਼द्रोह ਦਾ ਪਰਚਾ ਹੋ ਜਾਏਗਾ ਔਰ ਟੈਰੋਰਿਜ਼ਮ ਦਾ ਜਿਹੜਾ ਸਪੈਸ਼ਲ ਯੂਪੀਏ ਸੀਗਾ ਪਹਿਲਾਂ ਟਾਡਾ ਸੀਗਾ ਤੇ ਹੁਣ ਉਹ ਕੀ ਟੈਰੋਰਿਜ਼ਮ ਦੀ ਧਾਰਾ 113 ਇਹਦੇ ਚ ਪਾ ਦਿੱਤੀ ਗਈ ਆ ਜਿਹਨੂੰ ਭਾਰਤੀ ਨਿਆਂ ਸੰਹਿਤਾ ਹੁਣ ਕਿਹਾ ਜਾਂਦਾ ਹੈ ਆਈਪੀਸੀ ਦੇ ਵਿੱਚ ਜਿਹਦੇ ਕੇ ਇੱਕ ਆਮ ਪੁਲਿਸ ਵਾਲਾ ਐਸਆਈ ਪਰਚਾ ਦਰਜ ਕਰ ਸਕਦਾ ਹੈ ਔਰ ਐਸਆਈ ਤਫਤੀਸ਼ ਕਰਕੇ ਬੰਦੇ ਦੇ ਖਿਲਾਫ ਪਰਚਾ ਦੇ ਸਕਦਾ ਹੁਣ ਹੁਣ ਤੱਕ ਥੋੜੀ ਬਹੁਤ ਸਾਡੇ ਕੋਲ ਪ੍ਰੋਟੈਕਸ਼ਨ ਸੀਗੀ ਯੂਪੀ ਦੇ ਅੰਡਰ ਕਿ ਜਦੋਂ ਤੱਕ ਕੋਈ ਜਥੇਬੰਦੀ ਅਨਲਾਫੁਲ ਡਿਕਲੇਅਰ ਨਹੀਂ ਕਰੀ ਜਾਂਦੀ ਉਦੋਂ ਤੱਕ ਉਹਦੇ ਜਿਹੜੇ ਮੈਂਬਰ ਨੇ ਉਹਨਾਂ ਖਿਲਾਫ ਕੋਈ ਤੁਸੀਂ ਉਹਨਾਂ ਦੇ ਤੇ ਐਕਸ਼ਨ ਨਹੀਂ ਲੈ ਸਕਦੇ ਜਿਸ ਤਰ੍ਹਾਂ ਖਾਲਸਾ ਬਹੀਰ ਜਿਹੜੀ ਅਮਰਤਪਾਲ ਸਿੰਘ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹ ਅਨਲਾਫੁਲ ਅਸੈਂਬਲੀ ਐਸੋਸੀਏਸ਼ਨ ਹਾਲੇ ਤੱਕ ਡਿਕਲੇਅਰ ਨਹੀਂ ਹੋਈ ਔਰ ਉਸ ਤੋਂ ਬਾਅਦ ਇਸ ਕਰਕੇ ਜਿਹੜੇ ਬੰਦੇ ਉਹਨਾਂ ਦੇ ਵਿੱਚ ਸ਼ਾਮਲ ਸੀ ਉਹਨਾਂ ਉਹਨਾਂ ਦੇ ਤੇ ਤੁਸੀਂ ਪਰਚੇ ਨਹੀਂ ਕਰ ਸਕਦੇ ਤਾਂ ਇੰਨੇ ਕੋ ਪ੍ਰੋਟੈਕਸ਼ਨ ਸੀ ਹੁਣ ਉਹ ਵੀ ਖਤਮ ਕਰ ਦਿੱਤੀ ਗਈ ਹੈ ਤੇ ਔਰ ਦੂਸਰਾ ਜਿਹੜਾ ਯੂਪੀ ਹੈ ਉਹਦੇ ਵਿੱਚ ਇਹ ਹੈ ਕਿ ਜਦੋਂ ਕਰੰਸੀ ਦੀ ਗੱਲ ਕਰਦੇ ਜਿਹੜੇ ਜਾਲੀ ਨੋਟ ਛਾਪਦੇ ਆ ਬਹੁਤ ਹਾਈ ਕੁਆਲਿਟੀ ਦਾ ਜੇ ਪੇਪਰ ਜੇ ਇੰਪੋਰਟ ਹੁੰਦਾ ਫੜਿਆ ਜਾਂਦਾ ਤਾਂ ਉਹਦੇ ਤੇ ਯੂਪੀਏ ਬਣਦਾ ਸੀ ਹੁਣ ਇਹਨਾਂ ਨੇ ਹਾਈ ਕੁਆਲਿਟੀ ਘਟਤਾ ਹੈ ਮਤਲਬ ਜੇ ਕਿਸੇ ਨੂੰ ਫਸਾਉਣਾ ਹੋਵੇ ਤਾਂ ਜਿਹੜੇ ਬੱਚਿਆਂ ਵਾਸਤੇ ਜਿਹੜੇ ਨਕਲੀ ਨੋਟ ਬਣਾਉਂਦੇ ਨੇ ਤੁਸੀਂ ਇਸ ਮਸ਼ੀਨ ਤੇ ਵੀ ਚਾਕੇ ਤੁਸੀਂ ਕਿਸੇ ਦੇ ਤੇ ਟੈਰਰਿਜ਼ਮ ਦਾ ਪਰਚਾ ਪਾ ਸਕਦੇ ਹੋ ਇਹ ਇਸ ਤਰ੍ਹਾਂ ਦਾ ਇਹ ਜਿਹੜੇ ਕਾਨੂੰਨ ਖਤਰਨਾਕ ਬਣਾਏ ਗਏ ਨੇ ਉਸ ਤੋਂ ਬਾਅਦ ਜਿਹੜਾ ਕਹ ਰਿਹਾ ਕਿ ਸਜਿਸ਼ਨ ਅਸੀਂ ਖਤਮ ਕਰਤਾ ਜਿਹੜਾ ਸਰਕਾਰ ਦੇ ਖਿਲਾਫ ਸੀ ਉਹਦੇ ਖਿਲਾਫ ਜਗ੍ਹਾ ਤੇ ਹੈਗਾ ਟ੍ਰੀਜਨ ਮਤਲਬ ਦੇਸ਼द्रोह ਹੁਣ ਸਪਰੀਮ ਕੋਰਟ ਨੇ ਕਹਿੰਦੀ ਹੈ ਕਿ ਸ਼ਾਂਤੀਪੂਰਨ ਤਰੀਕੇ ਨਾਲ ਕੋਈ ਆਪਣੇ ਵੱਖਰੇ ਰਾਜ ਦੀ ਮੰਗ ਕਰ ਸਕਦਾ ਜਿਸ ਤਰ੍ਹਾਂ ਅਮਰਿਤਪਾਲ ਨੇ ਕੀਤੀ ਕਿ ਸਾਨੂੰ ਖਾਲਿਸਤਾਨ ਚਾਹੀਦਾ ਜਾਂ ਉਸ ਤੋਂ ਪਹਿਲਾਂ ਸੰਤ ਪੰਡਰਾਵਾਂ ਬਣ ਤੇ ਇਲਜ਼ਾਮ ਲੱਗਦੇ ਨੇ ਉਸ ਤੋਂ ਬਾਅਦ ਫਿਰ ਜਿਹੜੀ ਜਥੇਬੰਦੀ ਸੀਗੀ ਖੜਕੂ ਜਥੇਬੰਦੀਆਂ ਮੰਗ ਕਰਦੀਆਂ ਜਦੋਂ ਵੀ ਖਾਲਿਸਤਾਨ ਦੀ ਮੰਗ ਕਰਦੀਆਂ ਰਹੀਆਂ ਨੇ ਹੈਨਾ ਜਾਂ ਸਿਮਰਜੀਤ ਸਿੰਘ ਮਾਨ ਅੱਜ ਤੱਕ ਬਹੁਤ ਵੋਕਲ ਨੇ ਇਸ ਚੀਜ਼ ਤੇ ਤਾਂ ਹੁਣ ਕੀ ਹੈ ਕਿ ਜੇ ਤੁਸੀਂ ਸੈਪਰੇਟਿਸਮ ਦੀ ਗੱਲ ਕਰੋਗੇ ਤਾਂ ਤੁਹਾਡੇ ਤੇ ਦੇਸ਼ ਧਰੋਹ ਲੱਗ ਜਾਊਗਾ ਚਾਹੇ ਤੁਸੀਂ ਸ਼ਾਂਤੀਪੂਰਨ ਤਰੀਕੇ ਨਾਲ ਕਰ ਰਹੇ ਹੋ ਔਰ ਉਹ ਲਾਊ ਕੌਣ ਇੱਕ ਐਸਆਈ ਇਹ ਕ ਐਸਆਈ ਇੰਨੀ ਪਾਵਰ ਰੱਖਦਾ ਹੈ ਕਿ ਤੁਹਾਡੇ ਉੱਤੇ ਦੇਸ਼ ਧਰੋਹੀ ਧਾਰਾ ਲਗਾ ਸਕਦਾ ਹੈ ਬਿਲਕੁਲ ਔਰ ਮੈਂ ਇਹ ਕਹਿਣ ਨੂੰ ਕਹ ਰਿਹਾ ਕਿ ਅਸੀਂ ਬਸਤੀਵਾਦੀ ਮਾਨਸਿਕਤਾ ਜਿਹੜਾ ਨਿਕਲ ਹੋਇਆ ਕਾਨੂੰਨ ਸੀ ਅਸੀਂ ਉਹ ਹਟਾ ਰਹੇ ਹਾਂ ਪਰ ਹੋਰ ਵੀ ਬਸਤੀਵਾਦੀ ਕਰ ਦਿੱਤੇ ਕਹਿੰਦੇ ਔਰ ਇਹਦੇ ਨਾਮ ਜਿਹੜਾ ਹੈਗਾ ਇੱਕ ਹਿੰਦੂ ਮジョਰਿਟੀ ਨੂੰ ਖੁਸ਼ ਕਰਨ ਲਈ ਸਾਂਸਕ੍ਰਿਤੀ ਦੇ ਨਾਮ ਰੱਖੇ ਗਏ ਨੇ ਭਾਰਤੀ ਨਿਆਂ ਸੰਘਤਾ ਉਹ ਨਿਆਂ ਆ ਲਫ਼ਜ਼ ਜਿਹੜਾ ਹੈਗਾ ਆਪਾਂ ਨੂੰ ਹਿੰਦੀ ਪੰਜਾਬੀ ਥੋੜੀ ਜਿਹੀ ਮਿਲਦੀ ਹੈ ਪਰ ਜੇ ਤੁਸੀਂ ਬੰਗਾਲੀ ਚੈੱਕ ਕਰੋ ਬੰਗਾਲੀ ਚ ਨਿਆਂ ਦਾ ਮਤਲਬ ਜਿਹੜਾ ਹੈਗਾ ਜਸਟਿਸਲੀ ਕੋ ਹੋਰ ਲਫ਼ਜ਼ ਹੈ ਉੜੀਆ ਚ ਕੁਝ ਹੋਰ ਲਫ਼ਜ਼ ਹੈ ਤਾਂ ਉਹ ਜਿਹੜਾ ਆਰਟੀਕਲ ਜਿਹੜਾ 348 ਹੈ ਸੰਵਿਧਾਨ ਦਾ ਉਹ ਇਹ ਕਹਿੰਦਾ ਕਿ ਤੁਸੀਂ ਜਿਹੜਾ ਕਾਨੂੰਨ ਅਦਰ ਦੈਨ ਇੰਗਲਿਸ਼ ਜੇ ਕੋਈ ਤੁਸੀਂ ਬਣਾਉਨੇ ਹੋ ਤਾਂ ਉਹਦੀ ਤੁਸੀਂ ਇੰਗਲਿਸ਼ ਟ੍ਰਾਂਸਲੇਸ਼ਨ ਕਰੋਗੇ ਇਥੇ ਟਾਈਟਲ ਜਿਹੜੇ ਨੇ ਉਹ ਬਿਲਕੁਲ ਉਹੀ ਬਿਨਾ ਸੰਵਿਧਾਨ ਦੇ ਵਿਸੋਧ ਕਰੇ ਤੁਸੀਂ ਇੱਕ ਤਰ੍ਹਾਂ ਦੇ ਨਾਲ ਹਿੰਦੀ ਭਾਸ਼ਾ ਥੋਪ ਰਹੇ ਹੋ ਜਿਹੜੀ ਕਿ ਸਾਡੀ ਨੈਸ਼ਨਲ ਲੈਂਗੁਏਜ ਨਹੀਂ ਹੈ ਉਹ ਸਾਡੀ ਇੱਕ ਆਫੀਸ਼ੀਅਲ ਲੈਂਗੁਏਜ ਹੈ ਹੈਨਾ ਉਹ ਇਹ ਇਹਦੇ ਚ ਇਹ ਕੀਤਾ ਗਿਆ ਔਰ ਉਸ ਤੋਂ ਬਾਅਦ ਇਹਦੇ ਤੇ ਕਿਹਾ ਹੈ ਗਿਆ ਕਿ ਜੀ ਸਪੀਡਿਟ ਟ੍ਰਾਇਲ ਕਰ ਰਹੇ ਆ ਇੱਕ ਵੀ ਧਾਰਾ ਐਸੀ ਨਹੀਂ ਪਾਏਗੀ ਜਿਹਨੂੰ ਦੇਖ ਕੇ ਇਹ ਲੱਗੇ ਕਿ ਜੀ ਹੁਣ ਇਨਸਾਫ ਜਲਦੀ ਹੋਊਗਾ ਕੁਝ ਨਹੀਂ ਪਾਇਆ ਗਿਆ ਫੋਰੈਂਸਿਕ ਜਿਹੜੀ ਜਾਂਚ ਹੋਊਗੀ ਇਹਦੇ ਬਾਰੇ ਕਿਹਾ ਗਿਆ ਉਹਦੇ ਚ ਇਹ ਕਿਹਾ ਗਿਆ ਕਿ 7 ਸਾਲ ਦੀ ਸਜ਼ਾ ਤੋਂ ਉੱਪਰ ਵਾਲੇ ਜਿਹੜੇ ਜੁਰਮ ਨੇ ਉਹਨਾਂ 'ਚ ਫੋਰੈਂਸਿਕ ਜਾਂਚ ਹੋਏਗੀ ਉਹ ਵੀ 5 ਸਾਲ ਦਿੱਤੇ ਨੇ ਸਟੇਟ ਨੂੰ ਕਿ ਤੁਸੀਂ ਆਪਣੀ ਜਿਹੜੀ ਹੈਗੀ ਆ ਉਹਦਾ ਜਿਹੜਾ ਇੰਤਜ਼ਾਮ ਤੁਸੀਂ ਕਰ ਲਓ ਹੁਣ ਜਿਹੜੇ 7 ਸਾਲ ਤੋਂ ਘੱਟ ਦੀ ਸਜ਼ਾ ਵਾਲੇ ਨੇ ਕੀ ਉਹ ਜੁਰਮ ਨਹੀਂ ਹੈਗੇ ਹੂੰ ਔਰ ਦੂਸਰਾ ਜੇ ਫਰੈਂਸਿਕ ਜਾਂਚ ਜੇ ਤੁਸੀਂ ਜ਼ਰੂਰੀ ਕਰਤੀ ਪਰ ਕੋਈ ਮੰਨ ਲਓ ਪੁਲਿਸ ਵਾਲਾ ਕਮੀ ਛੱਡ ਦਿੰਦਾ ਫਰੈਂਸਿਕ ਜਾਂਚ ਨਹੀਂ ਕਰਦਾ ਤਾਂ ਕੀ ਇਸ ਆਧਾਰ ਤੇ ਜਿਹੜਾ ਹੈਗਾ ਦੋਸ਼ੀ ਛੁੱਟ ਜੂਗਾ ਫਿਰ ਦੋਸ਼ੀ ਨੂੰ ਤਾਂ ਬੈਨੀਫਿਟ ਮਿਲੂਗਾ ਬਿਲਕੁਲ ਜਿਹੜਾ ਵਕੀਰ ਹੈ ਦੋਸ਼ ਦਾ ਉਹ ਇਹ ਫੀ ਲੈ ਲਊਗਾ ਕਿਉਂਕਿ ਕਾਨੂੰਨ ਦੇ ਅਨੁਸਾਰ ਜਿਸ ਤਰ੍ਹਾਂ ਤਫਤੀਸ਼ ਹੋਣੀ ਚਾਹੀਦੀ ਹੈ ਜੋ ਨਹੀਂ ਹੁੰਦੀ ਅਸੀਂ ਅਕਸਰ ਬਹਿਸ ਕਰਦੇ ਹਾਂ ਕਿ ਕਾਨੂੰਨ ਦੇ ਅਨੁਸਾਰ ਤਫਤੀਸ਼ ਨਹੀਂ ਹੋਈ ਤਾਂ ਮਤਲਬ ਇੰਨੀ ਇੱਕ ਜ਼ਿਆਦਾ ਇੱਥੇ ਕਨਫਿਊਜ਼ਨ ਛੱਡੀ ਗਈ ਹੈ 90% ਕਾਨੂੰਨ ਉਹੀ ਨੇ ਜੋ ਅੰਗਰੇਜ਼ਾਂ ਵਾਲੇ ਸੀ 10% ਜਿਹੜੇ ਇਹਨਾਂ ਨੇ ਜ਼ੋਰ ਲਾ ਕੇ ਬ ਉਹਦੇ ਚ ਕਿਸੇ ਹਾਈ ਕੋਰਟ ਦਾ ਕੀ ਫੈਸਲਾ ਆਊਗਾ ਕਿਸੇ ਹਾਈ ਕੋਰਟ ਦਾ ਕੋਈ ਫੈਸਲਾ ਆਊਗਾ ਇੰਨੇ ਡਿਫਰੈਂਟ ਥਿਊਜ਼ ਆਉਣਗੇ ਕਿ ਉਹਨੂੰ ਸੈਟਲ ਕਰਨ ਲਈ ਸੁਪਰੀਮ ਕੋਰਟ ਨੂੰ 10 ਸਾਲ ਲੱਗ ਜਾਣਗੇ ਮਤਲਬ ਕੰਪਲਿਕੀਸ਼ਨ ਜਿਹੜੀਆਂ ਇੰਨੀਆਂ ਜ਼ਿਆਦਾ ਹੋ ਗਈਆਂ ਨਾ ਔਰ ਦੂਸਰਾ ਹੁਣ ਇਹਨਾਂ ਨੇ ਕੀ ਕਰ ਦਿੱਤਾ ਕਿ ਇਲੈਕਟ੍ਰੋਨਿਕ ਐਵੀਡੈਂਸ ਜਿਹੜਾ ਕਿਸੇ ਨੂੰ ਸੰਭਣ ਨੇ ਉਹ ਥਰੂ ਇਲੈਕਟ੍ਰੋਨਿਕ ਜਿਹੜਾ ਮੋਡ ਪੇ ਜਾ ਜਾ ਸਕਦਾ ਹੈ ਮਤਲਬ ਤੁਹਾਡੀ ਜੇ ਕੋਈ ਈਮੇਲ ਆਈਡੀ ਜਿਹੜੀ ਤੁਸੀਂ ਕਦੇ ਯੂਜ਼ ਵੀ ਨਹੀਂ ਕਰੀ ਮਤਲਬ ਭੁੱਲ ਗਏ ਤੁਸੀਂ ਹਰ ਇੱਕ ਦੀ ਹੁੰਦੀ ਹੈ ਬੁਸ ਨੇ ਉਹ ਚਾਕੇ ਉਹਦੇ ਦਿਖਾਤਾ ਕਿ ਜੀ ਅਸੀਂ ਮੇਲ ਕਰਤੀ ਤਾਂ ਇਹ ਆਮ ਤੌਰ ਤੇ ਅਨਪੜ੍ਹ ਜਿਹੜੇ ਲੋਕ ਨੇ ਉਹ ਵੀ WhatsApp ਚਲਾ ਰਹੇ ਨੇ ਪਰ ਜੇ ਤੁਸੀਂ ਇਹਨਾਂ ਨੂੰ WhatsApp ਤੇ ਕੋਈ ਡਾਕੂਮੈਂਟ ਭੇਜ ਦੋ ਨਹੀਂ ਪੜ ਸਕਣਗੇ ਤਾਂ ਉੱਥੇ ਬਲੂ ਟਿਕ ਆ ਜਾਏਗਾ ਤਾਂ ਤੁਸੀਂ ਦਿਖਾਤਾ ਕਿ ਜੀ ਇਹ ਤਾਂ ਸਮਨ ਪਹੁੰਚ ਗਏ ਤਾਂ ਤੁਹਾਨੂੰ ਸਮਨ ਪਹੁੰਚ ਗਿਆ ਤੁਹਾਡੀ ਗੈਰ ਹਾਜ਼ਰੀ ਦੀ ਤੁਹਾਨੂੰ ਜਿਹੜੀ ਹੈਗਾ ਸਜ਼ਾ ਦੇ ਕੇ ਜਦੋਂ ਤੁਸੀਂ ਹੱਥਾਉਂਗੇ ਪੁਲਿਸ ਦੇ ਤੁਹਾਨੂੰ ਚੱਕ ਕੇ ਜੇਲ੍ਹ ਛੱਡਿਆ ਜਾਊਗਾ ਔਰ ਆਪਾਂ ਨੂੰ ਪਤਾ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਹੁਣ ਇਹਨਾਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਜਿਹੜੀ ਹੈਗੀ ਆ ਗਵਾਹੀ ਲਾਗੂ ਕਰ ਦਿੱਤੀਗੀ ਆ ਉਹ ਕਿਸ ਤਰ੍ਹਾਂ ਹੋਏਗੀ ਉਹਦੇ ਚ ਮਤਲਬ ਕੀ ਤੁਸੀਂ ਇਸ ਤਰ੍ਹਾਂ ਦੇ ਪ੍ਰਿਕਾਸ਼ਨਸ ਲਓਗੇ ਕਿ ਇਹ ਸ਼ੋਰ ਹੋਵੇ ਕਿ ਜਿਹੜਾ ਬੰਦਾ ਗਵਾਹੀ ਦੇ ਰਿਹਾ ਉਹੀ ਹੈ ਉਹ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਥਰੂ ਇੱਕ ਵੀਡੀਓ ਨਹੀਂ ਕ੍ਰੀਏਟ ਕੀਤੀ ਗਈ। ਬਹੁਤ ਨਕਲ ਕੱਲ ਜਿਹੜੀ ਵੀਡੀਓ ਚੱਲ ਰਹੀਆਂ ਨੇ ਬਿਲਕੁਲ ਹੂ ਬਹੁ ਬੰਦਾ ਬਣਾ ਕੇ ਉਸ ਤਰ੍ਹਾਂ ਦੀ ਉਹਦੀ ਵੀਡੀਓਜ਼ ਆਪਾਂ ਦੇਖ ਰਹੇ ਹਾਂ। ਹਮਮ ਔਰ ਜਦ ਤੱਕ ਉਹ ਦੋਸ਼ੀ ਇਹ ਸਾਬਿਤ ਕਰੂਗਾ ਅਪੀਲ ਦੇ ਵਿੱਚ ਜਾ ਕੇ ਕਿ ਜੀ ਇਹ ਤਾਂ ਨਕਲੀ ਵੀਡੀਓ ਸੀ ਉਹ ਤੱਕ ਉਹ 10 ਸਾਲ 15 ਸਾਲ ਉਹਦੇ ਜੇਲ੍ਹ ਚ ਲੰਘ ਜਾਣਗੇ। ਹਮਮ ਮਤਲਬ ਅਮਿਤ ਸ਼ਾ ਦਾ ਇਹ ਕਹਿਣਾ ਕਿ ਹੁਣ ਦੇਰੀ ਨਹੀਂ ਹੁਣ ਨਿਆਂ ਮਿਲੇਗਾ ਪਰ ਹੁਣ ਨਿਆਂ ਦੇ ਪਿੱਛੇ ਕਿਤਨਾ ਕਿਤੇ ਹਨੇਰਾ ਹੈ ਨਿਆਂ ਨਹੀਂ ਮਿਲੇਗਾ ਹੁਣ ਹੁਣ ਅਨਿਆਂ ਦੇ ਲਈ ਰਸਤਾ ਹੋਰ ਖੋਲ ਦਿੱਤਾ ਗਿਆ ਹੈ ਨਾ ਔਰ ਉਹ ਦੂਸਰਾ ਅੱਛਾ ਜਿਹੜਾ ਇਲੈਕਟ੍ਰੋਨਿਕ ਐਵੀਡੈਂਸ ਜਦੋਂ ਕੋਈ ਦਿੱਤਾ ਜਾਂਦਾ ਹੈ ਉਹਦੇ ਚ ਮੰਨ ਲਓ ਕੋਈ ਗਰੀਬ ਦੋਸ਼ੀ ਹੈ ਉਹ ਉਹਨੂੰ ਚੈਲੰਜ ਨਹੀਂ ਕਰ ਪਾਉਂਦਾ ਕਿਉਂਕਿ ਉਹਨੇ ਵਕੀਲ ਨਹੀਂ ਕੀਤਾ ਮੰਨ ਲਓ ਜਾਂ ਜਿਹੜਾ ਉਹਨੂੰ ਸਰਕਾਰੀ ਵਕੀਲ ਦਿੱਤਾ ਗਿਆ ਉਹ ਇਹਨਾਂ ਸਸ਼ਕਸ਼ਮ ਨਹੀਂ ਆ ਆਮ ਤੌਰ ਤੇ ਸਰਕਾਰੀ ਵਕੀਲ ਇਹਨਾਂ ਜਿਆਦਾ ਇੰਟਰਸਟ ਨਹੀਂ ਲੈਂਦੇ ਜੇ ਉਹਨੇ ਚੈਲੰਜ ਨਹੀਂ ਕੀਤਾ ਕੇ ਦੀ ਜਿਹੜਾ ਇਲੈਕਟ੍ਰੋਨਿਕ ਐਵੀਡੈਂਸ ਹੈ ਠੀਕ ਨਹੀਂ ਹੈ ਤਾਂ ਜੱਜ ਨਹੀਂ ਜੱਜ ਕੋਲੇ ਪਾਵਰ ਨਹੀਂ ਹੈਗੀ ਕਿ ਉਹ ਖੁਦ ਜਾਂਚ ਕਰ ਲਵੇ ਉਹਦੀ ਬਿਲਕੁਲ ਅਨੋਖਾ ਕਾਨੂੰਨ ਹੋ ਗਿਆ আচ্ছা ਹੋਰ ਜਦੋਂ ਕੋਈ ਦੇ ਖਿਲਾਫ ਚਾਰਜ ਪੇਸ਼ ਹੁੰਦਾ ਜਾਂ ਹੋਰ ਪੁਲਿਸ ਰਿਪੋਰਟ ਪੇਸ਼ ਹੁੰਦੀ ਹੈ ਉਹਦੀ ਇੱਕ ਕਾਪੀ ਦੋਸ਼ੀ ਨੂੰ ਦਿੱਤੀ ਜਾਂਦੀ ਹੈ ਵਿਕਟਮ ਨੂੰ ਕਾਪੀ ਇਹਦੇ ਵਿੱਚ ਕਿਹਾ ਕਿ ਤਾਂ ਦੇਵਾਂਗੇ ਜੇ ਵਿਕਟਮ ਨੇ ਵਕੀਲ ਕੀਤਾ ਹੋਇਆ ਤਾਂ ਕ੍ਰਿਮੀਨਲ ਲਾਅ ਇਹ ਕਹਿੰਦਾ ਕਿ ਵਿਕਟਮ ਨੂੰ ਵਕੀਲ ਕਰਨ ਦੀ ਲੋੜ ਨਹੀਂ ਵਿਕਟਮ ਦਾ ਕੇਸ ਸਰਕਾਰ ਲੜੇਗੀ ਪਰ ਇੱਥੇ ਕਾਨੂੰਨ ਚ ਲਿਖਤਾ ਕਿ ਵਿਕਟਮ ਨੂੰ ਕੇਸ ਦੀ ਕਾਪੀ ਤਾਂ ਮਿਲੇਗੀ ਜੇ ਵਿਕਟਮ ਨੇ ਆਪਣਾ ਵਕੀਲ ਕੀਤਾ ਹੋਇਆ। ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਹੁਣ ਦੇਸ਼ ਨੂੰ ਜਾਂ ਸੂਬੇ ਨੂੰ ਸਰਕਾਰ ਨਹੀਂ ਚਲਾਏਗੀ ਪੁਲਿਸ ਚਲਾਏਗੀ। ਬਿਲਕੁਲ ਪੁਲਿਸ ਰਾਜ ਬਣਾਤਾ ਔਰ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਬਸਤੀਵਾਦੀ ਕਾਨੂੰਨ ਹਟਾ ਕੇ ਇੱਕ ਇੱਕ ਨਿਆਂਪੂਰਨ ਲੋਕਤੰਤਰੀ ਕਾਨੂੰਨ ਲਿਆ ਰਹੇ ਹਾਂ ਔਰ ਤੁਸੀਂ ਉਦੋਂ ਕਾਨੂੰਨ ਪਾਸ ਕਰ ਰਹੇ ਹੋ ਜਦੋਂ ਲਗਭਗ 170 ਤੋਂ ਉੱਪਰ ਜਿਹੜੇ ਜੇ ਐਮਪੀ ਸਸਪੈਂਡ ਕੀਤੇ ਹੋਏ ਨੇ। ਹੂੰ ਔਰ ਕੋਰੋਨਾ ਦਾ ਪੀਰੀਅਡ ਚੱਲ ਰਿਹਾ। ਵਿਦਆਊਟ ਜਿਹੜੇ ਸਟੇਕ ਹੋਲਡਰਸ ਨਾਲ ਡਿਸਕਸ਼ਨ ਕੀਤੇ ਬਿ ਜਿਸ ਤਰ੍ਹਾਂ ਇਹ ਜਿਹੜੇ ਕਾਨੂੰਨ ਪਾਸ ਕੀਤੇ ਨੇ ਜਿਹੜੇ ਜੀਸ ਬਾਜਪਾਈ ਜਿਹੜੇ ਇਸ ਕਮੇਟੀ ਦੇ ਹੈੱਡ ਨੇ ਹੀ ਇਜ਼ ਅ ਕ੍ਰਿਮੀਨੋਲੋਜਿਸਟ ਬੇਸਿਕਲੀ ਉਹ ਜਿਹੜੀ ਥਿਉਰੀ ਥਿਉਰੈਟਿਕਲੀ ਜਿਹੜਾ ਕ੍ਰਿਮੀਨੋਲੋਜੀ ਇਨ ਪੜਨਾ ਉਹ ਉਸਦੇ ਪ੍ਰੋਫੈਸਰ ਨੇ ਉਹਨਾਂ ਨੇ ਕਦੇ ਕੋਰਟ ਚ ਪ੍ਰੈਕਟਿਸ ਨਹੀਂ ਕੀਤੀ ਉਹਨਾਂ ਨੂੰ ਨਹੀਂ ਪਤਾ ਕਿ ਪ੍ਰੈਕਟੀਕਲ ਪ੍ਰੋਸੀਜਰਲ ਕੀ ਪ੍ਰੋਬਲਮਸ ਆਉਂਦੀਆਂ ਨੇ ਹੈ ਨਾ ਤਾਂ ਡਿਸਕਸ਼ਨ ਇਹ ਬਣਦੀ ਸੀ ਕਿ ਬਾਰ ਐਸੋਸੀਏਸ਼ਨ ਜਿਹਦੇ ਰਾਹੀਂ ਹਰ ਕੋਰਟ ਦੇ ਨੋਟਿਸ ਬੋਰਡ ਤੇ ਨੋਟਿਸ ਲੱਗਦਾ ਜਾਂ ਵਕੀਲਾਂ ਨੂੰ ਪਰਸਨਲੀ ਮੈਸੇਜ ਬਾਰ ਐਸੋਸੀਏਸ਼ਨ ਆਪੇ ਭੇਜਦੀ ਤੇ ਉਹਨਾਂ ਤੋਂ ਰਾਏ ਲਈ ਜਾਂਦੀ ਕੋਈ ਰਾਏ ਨਹੀਂ ਲਈ ਗਈ ਕਹਿਣ ਨੂੰ ਅਮਰ ਸਿੰਘ ਨੇ ਕਿਹਾ ਜੀ ਅਸੀਂ ਫਲਾਣੇ ਦੀ ਰੈਲਾ ਆਸੀ ਅਸੀਂ 24 ਚਾਹਲਾਂ ਨਾਲ ਸਲਾਹ ਕੀਤੀ ਅਸੀਂ ਨੂੰ ਸਗੇ ਕਿ ਕੋਈ ਜੇ ਤੁਸੀਂ ਜਿਹੜੀ ਹੈਗੀ ਹੈ ਕਮੇਟੀ ਔਨ ਕ੍ਰਿਮੀਨਲ ਰਿਫਾਰਮਸ ਦੀ ਵੈਬਸਾਈਟ ਤੇ ਤੁਸੀਂ ਜਾਓ ਤਾਂ ਉੱਥੇ ਤੁਹਾਨੂੰ ਇੱਕ ਵੀ ਡਾਕੂਮੈਂਟ ਨਹੀਂ ਮਿਲਦਾ ਜੀ ਤੇ ਇਹ ਸਾਬਤ ਹੋ ਸਕੇ ਇਹ ਕਿ ਇਹਨਾਂ ਤੇ ਡਿਸਕਸ਼ਨ ਹੋਈ ਆ ਜਿਸ ਤਰ੍ਹਾਂ ਔਰ ਇਹ ਜਦੋਂ ਕੋਈ ਕਿਸੇ ਕੇ ਕੇਸ ਦੇ ਜਦੋਂ ਕੋਈ ਇਸ ਤਰ੍ਹਾਂ ਦੀ ਧਾਰਾ ਆਉਂਦੀ ਹੈ ਜਿਹਦੇ ਚ ਸਾਨੂੰ ਕਨਫਿਊਜ਼ਨ ਹੋਵੇ ਕਿ ਇਹਦਾ ਮਤਲਬ ਕੀ ਨਿਕਲਦਾ ਉਦੋਂ ਜਿਹੜੀ ਉਹਦੇ ਤੇ ਪਾਰਲੀਮੈਂਟਰੀ ਡਿਬੇਟ ਹੋਈ ਹੁੰਦੀ ਹੈ ਉਹ ਬੜੀ ਹੈਲਪਫੁਲ ਹੁੰਦੀ ਹੈ ਜਿਸ ਤਰ੍ਹਾਂ ਸੰਵਿਧਾਨ ਦੀ ਜਦੋਂ ਕੋਈ ਧਾਰਾ ਦੀ ਇੰਟਰਪ੍ਰੀਟ ਕਰਨੀ ਹੋਵੇ ਤਾਂ ਜਿਹੜੀ ਕਨਸਟੀਟਿਊਸ਼ਨ ਅਸੈਂਬਲੀ ਸੀ ਉਹਦੀਆਂ ਜਿਹੜੀਆਂ ਡਿਬੇਟਸ ਨੇ ਉਹ ਲਾਇਬ੍ਰੇਰੀ ਚ ਪਈਆਂ ਨੇ ਮੇਰੇ ਕੋਲ ਵੀ ਨਹੀਂ ਉਦੋਂ ਜਦੋਂ ਕੋਈ ਕਿਸੇ ਤਾਂ ਅਸੀਂ ਇਹ ਦੇਖ ਦੇਖਦੇ ਹਾਂ ਉਦੋਂ ਕਿ ਉਦੋਂ ਕਿਸੇ ਜਿਹੜਾ ਕਨਸਟੀਟਿਊਸ਼ਨ ਅਸੈਂਬਲੀ ਦਾ ਮੈਂਬਰ ਸੀ ਉਹਨੇ ਇਹਦੇ ਬਾਰੇ ਕੀ ਕਿਹਾ ਉਹਦੇ ਪਿੱਛੇ ਇੰਟੈਂਸ਼ਨ ਕੀ ਸੀ ਉਦੋਂ ਅਦਾਲਤ ਦੇ ਵਿੱਚ ਵੈਲਿਡ ਮੰਨੀ ਜਾਂਦੀ ਹੈ ਅਸੀਂ ਇਹ ਉਹ ਸਾਬਤ ਕਰ ਸਕਦੇ ਹਾਂ ਕਿ ਜੀ ਇਹਦੇ ਵਿੱਚ ਜਿਹੜੀ ਇੰਟੈਂਸ਼ਨ ਸੀ ਉਹ ਇਹ ਸੀ ਇਸ ਕਰਕੇ ਇਸ ਲਫ਼ਜ਼ ਦਾ ਮਤਲਬ ਇਹ ਨਿਕਲਣਾ ਚਾਹੀਦਾ ਇੱਥੇ ਕੋਈ ਸਾਡੇ ਕੋਲ ਜਿਹੜਾ ਲਿਟਰੇਚਰ ਮੌਜੂਦ ਹੀ ਨਹੀਂ ਹੈ ਜਿਥੋਂ ਇਹ ਪਤਾ ਲੱਗ ਸਕੇ ਕਿ ਇਹਨਾਂ ਕਾਨੂੰਨਾਂ ਤੇ ਬਹਿਸ ਹੋਈ ਆ ਬਹਿਸ ਤਾਂ ਹੋਈ ਨਹੀਂ ਹਮਮ ਔਰ ਦੂਸਰਾ ਜਿਹੜੀ ਕਮੇਟੀ ਆ ਕਮੇਟੀ ਨੇ ਵੀ ਆਪਣੇ ਜਿਹੜੇ ਸੋਰਸ ਨੇ ਜਾਂ ਆਪਣਾ ਜਿਹੜਾ ਡਾਕੂਮੈਂਟ ਨੇ ਜਿਹਦੇ ਉਹਨਾਂ ਨੇ ਰਿਲਾਇਪਨ ਕੀਤਾ ਉਹ ਪਬਲਿਕ ਨਹੀਂ ਕੀਤੇ ਤੋਂ ਬਿਲਕੁਲ ਜਿਹੜਾ ਲਾਅ ਦੀ ਜਿਹੜੀ ਮੇਨ ਚੀਜ਼ ਜਿਹੜੀ ਹੈਗੀ ਨਾ ਲਾਅ ਦੇ ਵਿੱਚ ਯੂਨੀਫਾਰਮਿਟੀ ਹੋਣੀ ਚਾਹੀਦੀ ਆ ਹਮ ਯੂਨੀਫਾਰਮ ਸਿਵਲ ਕੋਰਟ ਦੀ ਗੱਲ ਬੀਜੇਪੀ ਵੀ ਕਰਦੀ ਆ ਪਰ ਇਹਦੇ ਵਿੱਚ ਕੋਈ ਯੂਨੀਫਾਰਮਿਟੀ ਨਹੀਂ ਆ ਔਰ ਉਹਦੇ ਵਿੱਚ ਸਰਟਨਟੀ ਹੋਣੀ ਚਾਹੀਦੀ ਆ ਮਤਲਬ ਉਹਦੇ ਉਹਦੇ ਮਤਲਬ ਦੋ ਰੋ ਨਿਕਲਦੇ ਹੁਣ ਖਾਸ ਤੌਰ ਤੇ ਉਦੋਂ ਜਦੋਂ ਤੁਸੀਂ ਕਿਸੇ ਬੰਦੇ ਨੂੰ ਉਸ ਕਾਨੂੰਨ ਦੇ ਬੇਸ ਤੇ ਜੇਲ੍ਹ ਚ ਭੇਜਦੇ ਤਾਂ ਇੱਥੇ ਜਿੰਨੇ ਕਿ 10% ਸੈਕਸ਼ਨ ਬਣਾਏ ਨੇ ਉਹਦੇ ਇੰਨੇ ਐਮਬਿਗਿਟੀ ਆ ਔਰ ਉਹਦੇ ਵਿੱਚ ਇੰਨੇ ਕ ਲੂਪ ਹੋਲਸ ਨਹੀਂ ਇਸ ਤਰ੍ਹਾਂ ਸਜ਼ਾ ਕਰਤੀ ਕਮਿਊਨਿਟੀ ਸਰਵਿਸ ਦੀ ਹਮ ਕਮਿਊਨਿਟੀ ਸਰਵਿਸ ਕੀ ਹੋਗੀ ਕਿ ਤੇ ਡ ਕੀ ਹੁਣ ਜੱਜ ਦੀ ਮਰਜ਼ੀ ਚੱਲੇਗੀ ਫਿਰ ਹੂੰ ਵੀ ਕਿਸੇ ਨੂੰ ਕਹਤਾ ਵੀ ਜਾ ਤੂੰ ਚੌਂਕ ਚ ਝਾੜੂ ਲਾ ਜਾ ਕੇ ਕੋਈ ਕੁੱਸ਼ਤਾ ਤੁਸੀਂ ਡਿਫਾਈਨ ਕਰੋ ਨਾ ਜੇ ਕਿਸੇ ਨੂੰ ਬੰਦੇ ਨੂੰ ਸਜ਼ਾ ਦੇ ਰਹੇ ਹੋ ਉਹਦੀ ਕੋਈ ਕੁੱਸ਼ਤਾ ਉਹਨੂੰ ਕਹਿਣ ਤੁਸੀਂ ਕਹਿ ਰਹੇ ਹੋ ਅਸੀਂ ਮਾਡਰਨ ਹੋ ਗਏ ਅੰਗਰੇਜ਼ ਅਸੀਂ 1860 ਵਾਲਾ ਕਾਨੂੰਨ ਬਦਲਤਾ 1860 ਵਾਲਾ ਕਾਨੂੰਨ ਇਹਨਾਂ ਖੂਬਸੂਰਤ ਸੀ 1800 ਜਿਹੜਾ ਜੇਮਸ ਸਟੀਫਨ ਨੇ ਬਣਾਇਆ 1872 ਦਾ ਜੀ ਐਵੀਡੈਂਸ ਐਕਟ ਉਹ ਇਹਨਾਂ ਦਾ ਮਾਸਟਰਪੀਸ ਹੈ ਉਹ ਮੈਨੂੰ ਲੱਗਦਾ ਜੇ ਜੇ ਕੋਈ ਕਾਨੂੰਨ ਨੂੰ ਜਾਣਨਾ ਚਾਹੁੰਦਾ ਹੋਵੇ ਜਿਹੜਾ ਡਰਾਫਟ ਕਿਦਾਂ ਕਰੀਦਾ ਕਾਨੂੰਨ ਤਾਂ ਉਹਦੇ 'ਚ ਇੱਕ ਵੀ ਐਮੈਂਡਮ ਅਮੈਂਡਮੈਂਟ ਕੀ ਹੋਈਆਂ ਕਿ ਹੁਣ ਜਿਉਂਕਿ ਪਹਿਲਾਂ ਜਿਹੜੇ ਡਾਕੂਮੈਂਟ ਹੁੰਦੇ ਸੀ ਸਿੰਪਲ ਕਾਗਜ ਹੁੰਦੇ ਉਹ ਜਦੋਂ ਕਿ ਇਲੈਕਟ੍ਰੋਨਿਕ ਮੋਡ ਆ ਗਿਆ ਇਸ ਕਰਕੇ ਇਲੈਕਟ੍ਰੋਨਿਕ ਡਾਕੂਮੈਂਟ ਪਾਉਣ ਲਈ ਉਹ ਤਾਂ ਪਾਉਣਾ ਪਾਉਣਾ ਸੀਗਾ ਉਹਦੇ 'ਚ ਵਾਧਾ ਕਰਨਾ ਪਿਆ ਪਰ ਸਟੀਫਨ ਦੁਆਰਾ ਦਿੱਤੀ ਹੋਈ ਕਿਸੇ ਵੀ ਧਾਰਾ ਡੈਫੀਨੇਸ਼ਨ ਨੂੰ ਬਦਲਿਆ ਨਹੀਂ ਜਾ ਸਕਿਆ ਕੋਈ ਬਦਲੀ ਜਾਂਦੀ ਨਹੀਂ ਉਹ ਕਿਉਂਕਿ ਉਹ ਬੰਦੇ ਮਿਹਨਤ ਕਰਦੇ ਸੀ ਹੁਣ ਆਈਪੀਸੀ 1834 ਦੇ ਵਿੱਚ ਲਾਅ ਕਮਿਸ਼ਨ ਬਣਿਆ ਅੰਗਰੇਜ਼ਾਂ ਦਾ ਇੰਡੀਆ ਦੇ ਵਿੱਚ 1834 ਤੋਂ ਡਿਸਕਸ਼ਨ ਚੱਲ ਰਹੀ ਸੀ ਕਿ ਕੀ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਜਿਹੜੇ ਯੂਨੀਫਾਰਮ ਕੋਡ ਲਿਆਂਦਾ 1850 ਚ ਡਰਾਫਟ ਹੋਣਾ ਸ਼ੁਰੂ ਹੁੰਦਾ ਹੈ ਤਾਂ 1860 ਚ ਜਾ ਕੇ ਪਾਸ ਹੁੰਦਾ ਹੈ 60 ਚ ਪਾਸ ਹੋਣ ਤੋਂ ਬਾਅਦ ਵੀ 2 ਸਾਲ ਲੱਗਦੇ ਨੇ 1862 ਚ ਜਾ ਕੇ ਲਾਗੂ ਹੁੰਦਾ ਤੁਸੀਂ ਦੇਖੋ 29 ਸਾਲ ਦਾ ਵਕਫਾ 29 ਸਾਲ ਲਏ ਅੰਗਰੇਜ਼ਾਂ ਨੇ ਔਰ ਇੱਥੇ ਅਮਿਤ ਸ਼ਾਹ ਜੀ ਕਹਿ ਰਹੇ ਨੇ ਮਤਲਬ ਪਹਿਲਾਂ ਆਏ ਇਹ ਕਾਨੂੰਨ ਅਗਸਟ ਦੇ ਵਿੱਚ ਪਾਰਲੀਮੈਂਟਰੀ ਕਮੇਟੀ ਕੋਲ ਭੇਜਦੇ ਕਮੇਟੀ ਨੂੰ ਵੀ ਟਾਈਮ ਲਈ ਦਿੱਤਾ ਉਹਨਾਂ ਨੂੰ ਹਫ਼ਤੇ ਬਾਅਦ ਕਿਹਾ ਜੀ ਇਹਦੇ ਤੇ ਵਿਊ ਦਿਓ ਇੰਨੇ ਤੁਸੀਂ ਡਰਾਸਟਿਕ ਚੇਂਜ ਕਰਨ ਜਾ ਰਹੇ ਹੋ ਤਾਂ ਮੈਂਬਰਸ ਨੂੰ ਪਹਿਲਾਂ ਕਾਪੀਜ਼ ਦਿਓ ਸਾਰੀਆਂ ਮੈਂਬਰ ਨੂੰ ਤੁਸੀਂ ਇਹ ਸਾਰਾ ਮਟੀਰੀਅਲ ਸਪਲਾਈ ਕਰੋ ਕਿ ਤੁਸੀਂ ਕਿਹਦੇ ਬੇਸ ਤੇ ਲਾ ਫਿਰ ਉਹ ਐਕਸਪਰਟਸ ਨਾਲ ਗੱਲ ਕਰਨਗੇ ਫਿਰ ਉਹਦੇ ਤੇ ਡਿਬੇਟ ਕਰਨਗੇ ਉਹ ਫਾਰਮੈਲਟੀ ਲਈ ਦਿੱਤਾ ਕਿ ਜੀ ਬਸ ਇਹਦੇ ਤੇ ਆਪਣੇ ਥਿਊ ਦੇ ਦਿਓ ਔਰ ਉਹ ਜਿਹੜਾ ਪਹਿਲਾ ਡਰਾਫਟ ਸੀ ਉਹਦੇ ਚ ਅੰਨੀਆਂ ਕਿ ਗਲਤੀਆਂ ਸੀ ਕਿ ਉਹ ਆਲਟ ਗੈਦਰੀ ਵਾਪਸ ਲੈ ਲਿਆ ਸੋਧਾਂ ਨਹੀਂ ਉਹਦੇ ਚ ਕੀਤੀਆਂ ਉਹ ਵਾਪਸ ਲੈ ਕੇ ਨਵਾਂ ਕਾਨੂੰਨ ਸੇਮ ਡੇ ਪਾਸ ਕਰਕੇ ਚਲੋ ਜੀ ਆਪਣੀ ਪਿੱਠ ਥਪਤ ਪਾ ਲਈ ਔਰ ਜਿਹੜਾ মিডিਆ ਗੋਦੀ মিডিਆ ਜਾਂ ਇਹਨਾਂ ਦਾ ਜਿਹੜਾ ਦਰਬਾਰੀ মিডিਆ ਉਹ ਗੂੰਗਾਣ ਕਰਨ ਲੱਗ ਗਿਆ ਕਿ ਜੀ ਇੰਡੀਅਨ ਪਿਨਲ ਕੋਡ ਜਿਹੜਾ ਹੈਗਾ ਤੁਸੀਂ ਜੇ ਟਾਈਟਲ ਬਦਲਣ ਨਾਲ ਤਾਂ ਨਹੀਂ ਕਾਨੂੰਨ ਬਦਲ ਜਾਂਦਾ ਨਾ ਔਰ ਦੂਜਾ ਸਭ ਤੋਂ ਖਤਰਨਾਕ ਜਿਹੜੀ ਚੀਜ਼ ਅੰਗਰੇਜ਼ਾਂ ਨੇ ਸਾਡੇ ਤੇ ਲਿਆਂਦੀ ਸੀ ਕਿ ਕਿਸੇ ਬੰਦੇ ਦੇ ਖਿਲਾਫ ਸਬੂਤ ਤੋਂ ਬਿਨਾ ਤੁਸੀਂ ਸ਼ੱਕ ਦੇ ਆਧਾਰ ਤੇ ਉਹਨੂੰ ਉਹਨੂੰ ਤੁਸੀਂ ਜਿਹੜਾ ਹੈਗਾ ਗ੍ਰਿਫਤਾਰ ਗ੍ਰਿਫਤਾਰ ਕਰ ਸਕਦੇ ਹੋ ਇਹ ਜਿਹੜੀ ਪ੍ਰੋਵੀਜ਼ਨ ਆ ਇਹ ਬਦਲ ਨਹੀਂ ਬਣਦੀ ਸੀ ਕਿਸੇ ਲਿਬਰਲ ਕੰਟਰੀ ਦੇ ਵਿੱਚ ਇਹ ਕਾਨੂੰਨ ਨਹੀਂ ਹੈਗਾ ਕਿ ਕਿਸੇ ਬੰਦੇ ਨੂੰ ਸ਼ੱਕ ਦੇ ਆਧਾਰ ਤੇ ਤੁਸੀਂ ਚੱਕ ਲੋ ਹਰ ਜਿਹੜੇ ਜਿਨ੍ਹਾਂ ਦੇ ਜਿਹੜੇ ਵਿਸ਼ਵਗੁਰੂ ਬਣਦੀ ਹੈ ਗੱਲ ਕਰਦੇ ਨੇ ਫਰਾਂਸ ਦਾ ਕਾਨੂੰਨ ਲੈ ਲਓ ਜਰਮਨੀ ਦਾ ਲੈ ਲਓ ਇੰਗਲੈਂਡ ਦਾ ਲੈ ਲਓ ਹੁਣੇ ਇੱਥੇ ਜਿਹੜੀ ਆਪਣਾ ਹਿੰਦੂਜਾ ਭਰਾਵਾਂ ਨੂੰ ਜਿਹੜੀ ਸਜ਼ਾ ਹੋਈ ਹੈ ਸਕਾਟਲੈਂਡ ਦੇ ਵਿੱਚ ਉਹ ਜਿਹੜੇ ਬ੍ਰਿਟੇਨ ਦੇ ਸਭ ਤੋਂ ਅਮੀਰ ਫੈਮਿਲੀ ਆ ਉਹ ਸਜ਼ਾ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਕਿ ਜਿੱਨਾ ਚਿਰ ਹਾਈਐਸਟ ਜਿਹੜੀ ਕੋਰਟ ਅਪੀਲ ਤੁਹਾਡੇ ਕੋਲ ਉੱਥੇ ਉਹ ਨੇ ਜੱਜ ਮੂਹਰ ਲਾਉਂਦਾ ਕਿ ਹਾਂ ਸਹੀ ਆ ਫਿਰ ਤੁਸਾਨੂੰ ਗ੍ਰਿਫਤਾਰ ਕਰਾਂਗੇ ਇੱਥੇ ਗੱਲ ਹੀ ਪਹਿਲਾਂ ਗ੍ਰਿਫਤਾਰੀ ਤੋਂ ਸ਼ੁਰੂ ਹੁੰਦੀ ਹੈ ਉਹਨਾਂ ਦੇਸ਼ਾਂ 'ਚ ਕੀ ਹੈ ਕਿ ਪਹਿਲਾਂ ਇਨਵੈਸਟੀਗੇਸ਼ਨ ਹੁੰਦੀ ਹੈ ਕਿ ਤੇਰੇ ਖਿਲਾਫ ਭਾਈ ਇਹ ਸਬੂਤ ਆ ਸਾਡੇ ਕੋਲੇ ਫਿਰ ਉਹਨੂੰ ਤੁਸੀਂ ਗ੍ਰਿਫਤਾਰ ਕਰੋ ਹਮਮ ਔਰ ਗ੍ਰਿਫਤਾਰ ਤੋਂ ਬਾਅਦ ਰਿ ਕਿ ਕੀ ਬੰਦੇ ਨੂੰ ਰਿਮਾਂਡ ਭੇਜਣ ਲਈ ਮਤਲਬ ਇਹਦੀ ਕੋਈ ਕਸਟੋਡੀਅਲ ਪੁੱਛ ਕਿਸ ਜ਼ਰੂਰੀ ਹੈ ਜੇ ਤਾਂ ਬੰਦਾ ਕੋਆਪਰੇਟ ਕਰ ਰਿਹਾ ਮਤਲਬ ਹੁਣ ਉਹਦੇ ਸਿੰਪਲ ਕੀ ਹੈ ਪੁਲਿਸ ਨੋਟਸ ਦੇਊਗੀ ਮੇਰੇ ਖਿਲਾਫ ਜੇ ਕੋਈ ਆਈ ਆਈ ਸ਼ਿਕਾਇਤ ਤਾਂ ਮੈਂ ਜਾ ਕੇ ਬੇਸ਼ਰਮ ਹੋ ਜਾਊਗਾ ਪੁਲਿਸ ਮੈਨੂੰ ਸਵਾਲ ਪੁੱਛੂਗੀ ਉਸ ਤੋਂ ਬਾਅਦ ਮੈਨੂੰ ਪੁਲਿਸ ਇਹ ਕਹੂਗੀ ਕਿ ਹਫਤੇ ਬਾਅਦ ਫੇਰ ਆਇਓ ਜੀ ਹੈਨਾ ਜਾਂ ਤਾਂ ਪੁਲਿਸ ਨੂੰ ਕਿਉਂਕਿ ਤੁਸੀਂ ਕਿਸੇ ਨੂੰ ਕੰਪੈਲਸ ਕਰ ਨਹੀਂ ਸਕਦੇ ਇਹ ਤਾਂ ਜਿਹੜਾ ਉਹਦਾ ਫੰਡਾਮੈਂਟਲ ਰਾਈਟ ਹੈ ਦੋਸ਼ੀ ਦਾ ਰਾਈਟ ਟੂ ਸਾਇਲੈਂਸ ਕਿ ਮੈਂ ਆਪਣੇ ਖਿਲਾਫ ਸਬੂਤ ਕਿਉਂ ਦੇਵਾਂ ਔਰ ਇਹ ਕਾਨੂੰਨ ਹੈ ਡੱਕ ਖਤਨਾ ਅਤੇ ਇਹ ਅਦਾਲਤਾਂ ਨੇ ਵੀ ਬੜਾ ਦੁੱਖ ਹੁੰਦਾ ਹੈ ਅਦਾਲਤਾਂ ਦਾ ਵੀ ਜਿਹੜੀ ਅਪਰੋਚ ਹੈ ਉਹ ਜਿਹੜਾ ਫ੍ਰੀडम ਨੂੰ ਲੈ ਕੇ ਜਿਹੜਾ ਕਿ ਬਹੁਤ ਸੈਕ੍ਰੋਸੈਂਟ ਰਾਈਟ ਮੰਨਿਆ ਜਾਂਦਾ ਹੁਣ ਜਿਹੜਾ ਜ਼ਮਾਨਤ ਦੇਣ ਵੇਲੇ ਇਹ ਦੇਖਿਆ ਜਾਊਗਾ ਕਿ ਇਹ ਜਿਹੜਾ ਮੇਨ ਜਿਹੜੇ ਟ੍ਰਿਪਲ ਟੈਸਟ ਉਹ ਇਹ ਹੈ ਕਿ ਜੇ ਇਹਨੂੰ ਜ਼ਮਾਨਤ ਤੇ ਛੱਡਤਾ ਕਿ ਇਹ ਭੱਜਤਾ ਨਹੀਂ ਜਾਊਗਾ ਹੂੰ ਕਿਉਂਕਿ ਆਖਰ ਨੂੰ ਜਦੋਂ ਟ੍ਰਾਇਲ ਤੋਂ ਬਾਅਦ ਸਜ਼ਾ ਹੋਊਗੀ ਕਿ ਉਹਦੋਂ ਹੀ ਮੌਜੂਦ ਹੋਊਗਾ ਨੰਬਰ 1 ਨੰਬਰ 2 ਕੀ ਜੇ ਇਹਨੂੰ ਛੱਡਿਆ ਗਿਆ ਤਾਂ ਕੀ ਇਹ ਸਬੂਤਾਂ ਨਹੀਂ ਜਿਹੜੇ ਹੈਗੇ ਜਿਹੜੇ ਖਤਮ ਕਰੂਗਾ ਜਾਂ ਜਿਹੜੇ ਗਵਾਹ ਨੇ ਉਹਨਾਂ ਨੂੰ ਕਿਸੇ ਕਿਸੇ ਦਾ ਲਾਲਚ ਜਾਂ ਡਰ ਤਾਂ ਨਹੀਂ ਦੇਊਗਾ ਜੇ ਇਹ ਤਿੰਨ ਖਤਰੇ ਨਹੀਂ ਤਾਂ ਬੰਦੇ ਨੂੰ ਜ਼ਮਾਨਤ ਦੇਣੀ ਬਣਦੀ ਹੈ ਕਿਉਂਕਿ ਆਖਰ ਨੂੰ ਆਪਾਂ ਦੇਖ ਰਹੇ ਹਾਂ ਕਿ 50% 60% ਸਜ਼ਾ ਹੁੰਦੀ ਹੈ ਔਰ ਜਿਹੜਾ ਯੂਪੀਏ ਜਾਂ ਟਾਡਾ ਚਾ ਉਹਦੇ ਚ ਤਾਂ 10% ਸਜ਼ਾ ਹੈ ਔਰ ਈਡੀ ਜਿਹੜੇ ਬੰਦੇ ਨੂੰ ਚੱਕਦੀ ਹੈ ਉਹਦੇ ਚ 10% ਤੋਂ ਵੀ ਘੱਟ ਸਜ਼ਾ ਹੈ ਹੁਣ ਹਿਮਨ ਸੁਰੇਨ 5 ਮਹੀਨੇ ਬਾਅਦ ਹਾਈ ਕੋਰਟ ਇਹ ਕਹਿ ਕੇ ਜ਼ਮਾਨਤ ਦੇ ਰਹੀ ਹੈ ਕਿ ਇਹਦੇ ਖਿਲਾਫ ਕੋਈ ਕੇਸ ਨਹੀਂ ਬਣਦਾ ਹੁਣ ਤੁਸੀਂ ਉਹ ਮੁੱਖ ਮੰਤਰੀ ਨੂੰ ਚੱਕ ਰਹੇ ਹੋ ਤੇ 5 ਮਹੀਨੇ ਤੁਸੀਂ ਮੋੜ ਦੋਗੇ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਹੈ ਫਿਰ ਚ ਤੁਸੀਂ ਕਿਸੇ ਖਿਲਾਫ ਬਿਨਾਂ ਸਬੂਤ ਬਿਨਾਂ ਇਨਵੈਸਟੀਗੇਸ਼ਨ ਕੀਤੇ ਤੁਸੀਂ ਉਹਦੀ ਆਜ਼ਾਦੀ ਖੋ ਰਹੇ ਹੋ ਔਰ ਨਵੇਂ ਕਾਨੂੰਨ ਤੁਸੀਂ ਲਿਆ ਰਹੇ ਹੋ ਔਰ ਉਹਨਾਂ ਨੂੰ ਹੋਰ ਵੀ ਖਤਰਨਾਕ ਤੁਸੀਂ ਬਣਾ ਰਹੇ ਹੋ ਕਿਸੇ ਮਤਲਬ ਡੈਮੋਕਰੈਟਿਕ ਮੁਲਕ ਦੇ ਵਿੱਚ ਅਸੀਂ ਇਹ ਇਮੇਜਿਨ ਨਹੀਂ ਕਰ ਸਕਦੇ ਪਹਿਲਾਂ ਜਦੋਂ ਡਿਕਟੇਟਰਸ਼ਿਪ ਹੁੰਦੀ ਸੀ ਉਦੋਂ ਵੀ ਦੋਸ਼ੀ ਨੂੰ ਲਿਆਂਦਾ ਜਾਂਦਾ ਸੀ ਦੋ ਦਿਨਾਂ ਚ ਫੈਸਲਾ ਕੀਤਾ ਜਾਂਦਾ ਸੀ ਕਿ ਜੇ ਉਹਨੇ ਜੁਰਮ ਕੀਤਾ ਤਾਂ ਉਹਨੂੰ ਸਜ਼ਾ ਦਿਓ ਤੇ ਨਹੀਂ ਤਾਂ ਉਹਨੂੰ ਛੱਡ ਦਿਓ ਇੱਥੇ 10 ਸਾਲ ਬਾਅਦ ਆ ਕੇ ਅਦਾਲਤ ਕਹਿੰਦੀ ਹੈ ਕਿ ਜੀ ਇਹਦੇ ਖਿਲਾਫ ਸਬੂਤ ਨਹੀਂ ਛੱਡ ਦਿਓ ਤੁਸੀਂ 10 ਸਾਲਾਂ ਦੇ ਕਿਤੇ ਵਾਕਿਮੇ ਵਾਪਸ ਕਰੋਗੇ ਇਹਦੇ ਖਿਲਾਫ ਕੀ ਮੀਜਰਸ ਨੇ ਤੁਹਾਡੇ ਕੋਲੇ ਇਹ ਕੁਝ ਵੀ ਨਹੀਂ ਲਿਆਂਦਾ ਗਿਆ ਔਰ ਇਨਾ ਖਤਰਨਾਕ ਬਣਾ ਦਿੱਤਾ ਗਿਆ ਜੇ ਪੁਲਿਸ ਕਸਟਡੀ ਚ ਜਿੰਨੀ ਮਰਜ਼ੀ ਟੌਰਚਰ ਕਰੇ ਖੁੱਲੀ ਛੁੱਟੀ ਆ ਸਿਰਫ ਮੈਜਿਸਟ੍ਰੇਟ ਜਿਹੜਾ ਹੈਗਾ ਐਸ ਡੀ ਐਮ ਦਾ ਤਸਹੀਲਦਾਰ ਜਾਂਚ ਕਰੂਗਾ ਉਹਨੇ ਕਲੇਮ ਚਿੱਟ ਦੇਣੀ ਆ ਹੈਨਾ ਔਰ ਉਸ ਤੋਂ ਬਾਅਦ ਜਿਹੜਾ ਇਹਦੇ ਚ ਕਿਸੇ ਬੰਦੇ ਦੇ ਮੰਨ ਲਓ ਇਹ ਕਿਹਾ ਜਾਂਦਾ ਕਿ ਜਿਹੜੀ ਇਹਦੀ ਪ੍ਰੋਪਰਟੀ ਐਨੇ ਕੋਈ ਜੁਰਮ ਕਰਕੇ ਬਣਾਈ ਆ ਉਹਦੇ ਖਿਲਾਫ ਇੱਕ ਸ਼ੋ ਕੋਡ ਨੋਟਿਸ ਹੋਊਗਾ ਬਿਨਾ ਸਬੂਤ ਲਏ ਵੀ ਜੱਜ ਉਹ ਸ਼ੋਕ ਕੋ ਨੋਟਿਸ 15 ਦਿਨ ਅੰਦਰ ਦਿੱਤਾ ਮੰਨ ਲਓ ਬੰਦਾ ਪੁਲਿਸ ਤੋਂ ਡਰਦਾ ਭੱਜਿਆ ਹੋਇਆ 15 ਦਿਨਾਂ ਦਾ ਸ਼ੋਕ ਕੋ ਨੋਟਿਸ ਦਿੱਤਾ ਬੰਦਾ ਕਿਵੇਂ ਪੇਸ਼ ਹੋਊਗਾ 15 ਦਿਨ ਬਾਅਦ ਜੱਜ ਸਾਹਿਬ ਕਹਿ ਸਕਦੇ ਨੇ ਕਿ ਆ ਚੱਕੇ ਦੀ ਪ੍ਰਾਪਰਟੀ ਵੇਚ ਦਿਓ ਐਨਾ ਖਤਰਨਾਕ ਇਤਾਰਾ ਪਾਈ ਗਈ ਹੈ ਹਾਂਜੀ ਤੇ ਇਹ ਔਰ ਜਿਹੜਾ ਜਿਹੜੇ ਮਕਸਦ ਲਈ ਲਿਆਂਦੇਗਾ اچھا ਫਿਰ ਜਿਹੜਾ ਵਿਟਨਸ ਪ੍ਰੋਟੈਕਸ਼ਨ ਦੀ ਜਿਹੜੀ ਗੱਲ ਸਾਡੇ ਵੱਡੀ ਕਿ ਜਿਹੜੇ ਗਵਾਹ ਹੁੰਦੇ ਨੇ ਉਹਨਾਂ ਨੂੰ ਡਰਾ ਦਿੱਤਾ ਜਾਂਦਾ ਉਹਦੀ ਕੀ ਸੁਰੱਖਿਆ ਕਰੋਗੇ ਉਹਨੂੰ ਇੱਕ ਤਾਂ ਹੈਗਾ ਦੋਸ਼ੀ ਉਹ ਵੀ ਆਪਾਂ ਮੰਨੀ ਅਦਾਲਤ ਜਾਵੇ ਇੱਕ ਹੈਗਾ ਜਿਹਦੇ ਖਿਲਾਫ ਜੁਰਮ ਹੋਇਆ ਉਹ ਵੀ ਉਹ ਹੀ ਰਿਜਲਟ ਜਾਊਗਾ ਇੱਕ ਬੰਦਾ ਜਿਹਨੇ ਕੁਝ ਵੀ ਨਹੀਂ ਕੀਤਾ ਉਹ ਗਵਾਹ ਹੈ ਉਹਨੂੰ ਹਰ ਪੇਸ਼ੀ ਤੇ ਜਾਣਾ ਪੈਂਦਾ ਹੈ ਦੂਸਰਾ ਵਕੀਲ ਤਰੀਕ ਲੈ ਜਾਂਦਾ ਹੈ ਕਿ ਜੀ ਅਗਲੀ ਪੇਸ਼ ਤੇ ਆਓ ਉਹ ਖਾਮ ਖਾਪ ਉਤਰਿਆ ਔਰ ਉੱਪਰੋਂ ਉਹਨੂੰ ਥ੍ਰੈਟ ਹੈ ਕਤਲ ਤੱਕ ਹੁੰਦੇ ਨੇ ਗਵਾਹਾਂ ਦੇ ਉਹਦੇ ਤੇ ਲਿਖਤਾ ਕਿ ਜੀ ਸਟੇਟ ਗਵਰਨਮੈਂਟ ਆਹ ਪਾਲਿਸੀ ਬਣਾਉਣਾ ਵਿਟਨੈਸ ਪ੍ਰੋਟੈਕਸ਼ਨ ਦੀ ਵਿਕਟਮ ਦੀ ਦੀ ਕੰਪਨਸੇਸ਼ਨ ਲਈ ਜਾਂ ਵਿਕਟਮ ਦੀ ਪ੍ਰੋਟੈਕਸ਼ਨ ਲਈ ਕੋਈ ਪਾਲਿਸੀ ਨਹੀਂ ਹੈ ਹੂੰ ਤੋ ਜਿਹੜੇ ਹਾਥੀ ਦੇ ਦੰਦ ਦਿਖਾਉਣ ਦੇ ਸੀਗੇ ਕਿ ਅਸੀਂ ਅ ਨਿਆਂ ਕਰ ਰਹੇ ਹਾਂ ਉਹ ਉਲਟਾ ਕਰਦਾ ਕਿ ਅਨਿਆਂ ਲਈ ਰਸਤਾ ਖੋਲ੍ਹਦਾ ਟੋਟਲ ਕੁਲਸਰਾਜ ਬਣਾਤਾ ਔਰ ਕਾਨੂੰਨ ਦੇ ਵਿੱਚ ਇੱਕ ਜਿਹੜਾ ਚੱਲਿਆ ਕਾਨੂੰਨ ਆ ਰਿਹਾ ਸੀ ਇੱਕ ਇੱਕ ਤਾਂ ਇਹ ਜਿਹੜੀ ਹੈਗੀ ਯਾਰ ਰੈਗੂਲਰ ਯੂਨੀਫਾਰਮਿਟੀ ਆ ਜਾਂਦੀ ਹੈ ਸਰਟਨਿਟੀ ਆ ਜਾਂਦੀ ਹੈ ਕਿ ਹੁਣ ਆਮ ਬੰਦੇ ਨੂੰ ਪਤਾ ਨਹੀਂ ਪਤਾ 302 ਲੱਗ ਗਈ ਜੀ 376 ਲੱਗ ਗਈ ਜਾਂ ਧਾਰਾ 144 ਲੱਗ ਗਈ ਜਾਂ 755 ਲੱਗ ਗਈ ਹੁਣ ਉਹ ਸਾਰੇ ਕਾਨੂੰਨ ਬਦਲ ਗਏ ਵਕੀਲਾਂ ਨੂੰ ਨਹੀਂ ਪਤਾ ਜੱਜਾਂ ਨੂੰ ਨਹੀਂ ਪਤਾ ਫਿਰ ਐਫ ਆਈ ਆਰ ਥਾਣੇ 'ਚ ਇੱਕ ਬੰਦਾ ਹੀ ਹੁੰਦਾ ਜਿਹੜਾ ਮਸਲਾ ਲਿਖ ਸਕਦਾ ਉਹ ਬਚਾਦੇ ਮੁਸ਼ਕਲ ਉਹਨਾਂ ਨੇ ਮਸ਼ੀਨਾਂ ਟ੍ਰੇਨਿੰਗ ਕੀਤੀ ਸੀ ਹੁਣ ਨਵੇਂ ਲੋਕ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਕੋਈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਘਟੋ ਘਟ ਇਹ ਜਿਹੜੇ ਇਹਨਾਂ ਦੇ ਨੰਬਰ ਨਾ ਬਦਲੇ ਜਾਂਦੇ 302 302 ਰਣ ਦਿੱਤੀ ਜਾਂਦੀ ਜੇ ਤੁਸੀਂ ਕੋਈ ਉਹਦੀ ਕੋਈ ਡੈਫੀਨੇਸ਼ਨ ਚੇਂਜ ਕਰਨੀ ਚਾਹੁੰਦੇ ਹੋ ਤਾਂ ਕਰ ਲਓ ਪਹਿਲਾਂ ਵੀ ਇਹੀ ਹੁੰਦਾ ਸੀਗਾ ਹੁਣ ਮਰਡਰ ਕੇਸ ਵਿੱਚ ਕਿਹੜੀ ਧਾਰਾ ਲੱਗਿਆ ਕਰੀਏ ਹੁਣ 103 ਲੱਗੇਗੀ 302 ਦੀ ਜਗ੍ਹਾ 103 ਲੱਗੇਗੀ ਤੇ ਪਹਿਲਾਂ ਜਿਹੜਾ ਸਡਿਸ਼ਨ ਸੀ ਉਹ 124A ਸੀ ਹੁਣ 553 ਹੋ ਗਈ ਹੈ। ਤੇ ਇਸ ਤਰ੍ਹਾਂ ਮਤਲਬ ਹਲੇ ਸਾਨੂੰ ਵੀ ਬਹੁਤ ਟਾਈਮ ਲੱਗੇਗਾ ਹਨਾ ਇਹ ਤਾਂ ਚਲੋ ਮੇਨ ਧਾਰਾ ਵਾਂਗ। ਤੋਂ ਇਹ ਜਿਹੜੇ ਕਾਨੂੰਨ ਲਿਆਂਦੇ ਗਏ ਨੇ ਇਹ ਸ਼ੈਤਾਨੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਵੀ ਕਿਹਾ ਵੀ ਚ ਖੁਸ਼ ਗੁਫਤੂਮ ਫਿਰਦੌਸੀ ਖੁਸ਼ ਜ਼ਬਾਂ ਸ਼ਤਾਬੇ ਬਵਦਕਾਰੀ ਕਾਰੇ ਹਰਮਨ ਔਰੰਗਜ਼ੇਬ ਨੂੰ ਲਿਖ ਰਹੇ ਨੇ ਉਹ ਕਿ ਕਾਲੀ ਕਰਨਾ ਸ਼ੈਤਾਨ ਦਾ ਕੰਮ ਹੈ। ਤੁਸੀਂ ਐਡੇ 1.5 ਸਾਲ ਦੇ ਚੱਲੇ ਹੋਏ ਕਾਨੂੰਨ ਜਿਹੜੇ ਕਿ ਹਰ ਜਨ ਜੀਵਨ ਨੂੰ ਪ੍ਰਭਾਵਿਤ ਕਰਨਗੇ ਉਹ ਤੁਸੀਂ ਬਦਲ ਰਹੇ ਹੋ ਤੁਸੀਂ 178 ਮੈਂਬਰ ਨੂੰ ਜਾਂ 175 ਜਿਹਨੇ ਵੀ ਮੈਂਬਰ ਨੇ ਉਹਨਾਂ ਨੂੰ ਡਿਸਮਿਸ ਆਪਣਾ ਸਸਪੈਂਡ ਕਰਕੇ ਤੁਸੀਂ ਕਾਨੂੰਨ ਪਾਸ ਕਰ ਰਹੇ ਹੋ ਕੋਈ ਡਿਬੇਟ ਨਹੀਂ ਕਰ ਰਹੇ ਤੁਸੀਂ ਕੋਈ ਕਿਸੇ ਦੀ ਹਰੈਣੀ ਲੈ ਰਹੇ ਤੁਸੀਂ ਕੋਈ ਪਬਲਿਸ਼ ਨਹੀਂ ਕਰ ਰਹੇ ਕਿ ਤੁਸੀਂ ਜਿਹੜਾ ਇਹ ਕਾਨੂੰਨ ਬਣਾਏ ਕਿਸ ਆਧਾਰ ਤੇ ਨੇ ਤੇ ਤੁਸੀਂ ਕਹਿ ਰਹੇ ਹੋ ਕਿ ਇਹ ਕਾਨੂੰਨ ਸਾਡੇ ਬਹੁਤ ਵਧੀਆ ਨੇ ਜੀ ਅਸੀਂ ਬਸਤੀਵਾਦ ਤੋਂ ਖੜਾ ਛੜਾ ਰਹੇ ਹਾਂ ਹੋ ਬਲਕਿ ਉਲਟ ਰਿਹਾ ਟੈਲੀਗ੍ਰਾਫ ਐਕਟ ਟੈਲੀਕਮ ਜਿਹੜਾ ਕਮਿਊਨੀਕੇਸ਼ਨ ਜਿਹੜਾ ਐਕਟ ਬਦਲਿਆ ਗਿਆ ਹੁਣ ਡਿਜੀਟਲ ਲਾਜ਼ ਆ ਰਹੇ ਨੇ ਜਿਹੜੇ ਜਿਹੜੇ ਵੀ ਯੂਟਿਊਬਰਸ ਨੇ ਕਿ ਤੋ ਕਿ ਬੀਜੇਪੀ ਨੂੰ ਇਸ ਜੜੀ ਹੈਗੀ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਯੂਟਿਊਬਰਸ ਨੇ ਕੀਤਾ ਲੋਕ ਟੀਵੀ ਨਹੀਂ ਦੇਖਦੇ ਲੋਕਾਂ ਨੂੰ ਸਾਫ ਪਤਾ ਲੱਗਿਆ ਕਿ ਟੀਵੀ ਬਾਇਸਡ ਹੁਣ ਨਵੇਂ ਕਾਨੂੰਨ ਇਹ ਆਉਣਗੇ ਕਿ ਉੱਥੇ ਕਿਸੇ ਵੀ ਬੰਦਾ ਜੇ ਕੋਈ ਵਟਸਐਪ ਤੇ ਵੀ ਮੈਸੇਜ ਭੇਜ ਰਿਹਾ ਉਹਨੂੰ ਖਬਰ ਦਾ ਨਾਂ ਦੇ ਕੇ ਉਹਨੂੰ ਚੱਕ ਔਰ ਉਹ ਜਿਹੜੀ ਹੈਗੀ ਆ ਸਭ ਤੋਂ ਪਹਿਲਾਂ ਪੁਲਿਸ ਵਾਲਾ ਕੀ ਕਰਦੇ ਨੇ ਉਹ ਜੁਰਮ ਭਾਵੇਂ ਕੁਝ ਵੀ ਹੋਵੇ ਮੰਨ ਲਓ ਤੁਸੀਂ ਕਿਹਦੇ ਥੱਪੜ ਮਾਰੋ ਹੁਣ ਇਹਦਾ ਤੁਹਾਡੇ ਨਾਲ ਮੋਬਾਈਲ ਨਾਲ ਕੀ ਲੈਣਾ ਦੇਣਾ ਪੁਲਿਸ ਵਾਲਾ ਪਹਿਲਾਂ ਤੁਹਾਡਾ ਮੋਬਾਈਲ ਜ਼ਬਤ ਕਰੂਗਾ ਇਹ ਤੁਹਾਡਾ ਰਾਈਟ ਟੂ ਪ੍ਰਾਈਵੇਸੀ ਜਿਹੜਾ ਹੈਗਾ ਉਹ ਖਤਮ ਕਰ ਰਹੇ ਨੇ ਹੁਣ ਇੱਥੇ ਇਹਦੇ ਵਿੱਚ ਕੀ ਹੋਊਗਾ ਜਿਹੜਾ ਡਿਜੀਟਲ ਲਾ ਸਾਰੇ ਨੇ ਉਹਦੇ ਬਾਰੇ ਵੱਖਰੀ ਗੱਲ ਕਰਨੀ ਬਣਦੀ ਹੈ ਕਿ ਜਦੋਂ ਕੋਈ ਬੰਦਾ ਤੇ ਕੋਈ ਕੰਪਲੇਂਟ ਆ ਗਈ ਝੂਠੀ ਸੱਚੀ ਜੋ ਵੀ ਹੈ ਪਹਿਲੇ ਤੁਹਾਨੂੰ ਸਿਰਫ ਰੈਗੂਲੇਟਰੀ ਅਥਾਰਟੀ ਆਪਣੇ ਬਣਾਉਣੀ ਪਊਗੀ ਮੰਨ ਲਓ ਕੋਈ ਇੱਕ ਬੰਦਾ ਸਿੰਗਲ ਪੱਤਰਕਾਰ ਹੈ ਉਹ ਆਪਣਾ ਵੀ ਉਸਨ ਥੋੜੇ ਬਹੁਤ ਯਾਰ ਨੇ ਆਪਣਾ ਗੁਜ਼ਾਰਾ ਕਰ ਰਿਹਾ ਉਹ ਕਿੱਥੋਂ ਆਪਣਾ ਸਟਾਫ ਰੱਖੂਗਾ ਜਿਹੜਾ ਕੰਪਲੀਟਾਂ ਜਿਹੜੀਆਂ ਇਹ ਥੋੜਾ ਸੁਣੂਗਾ ਤੇ ਉਹਦੇ ਉਹਦੇ ਨਟਾਰਾ ਕਰੂਗਾ ਤੇ ਜੇ ਉਹ ਨਹੀਂ ਕਰਦਾ ਤਾਂ ਫਿਰ ਜਿਹੜੀ ਹਾਇਰ ਅਥਾਰਟੀ ਉਹਦੀ ਸਜ਼ਾ ਕਰ ਦੇਗੀ ਤਾਂ ਇਸ ਤਰ੍ਹਾਂ ਦੇ ਕਾਨੂੰਨ ਜਿਹੜੇ ਨੇ ਇਹ ਇਹ ਸਰਕਾਰ ਅਥਾਰਟੀਰੀਅਨ ਸਰਕਾਰ ਅਨ ਡਿclareਡ ਐਮਰਜੈਂਸੀ ਜਿਹੜੀ ਚੋਸੀ ਗੁਜ਼ਰ ਰਹੇ ਆ ਔਰ ਇਸ ਤਰ੍ਹਾਂ ਦੇ ਖਤਰਨਾਕ ਕਾਨੂੰਨ ਲਿਆਂਦੇ ਜਾ ਰਹੇ ਨੇ ਜਿਹੜੇ ਦਿਨ-ਬਦ ਦਿਨ ਤੁਹਾਡੀ ਬੋਲਣ ਦੀ ਆਜ਼ਾਦੀ ਤੁਹਾਡੀ ਘੁੰਮਣ ਫਿਰਨ ਦੀ ਆਜ਼ਾਦੀ ਤੁਹਾਡੀ ਜਿਹੜੀ ਪ੍ਰਾਈਵੇਸੀ ਆ ਉਹਨੂੰ ਖਤਮ ਕਰ ਰਹੇ ਨੇ ਸਰਕਾਰ ਤੁਹਾਡੇ ਬੈਡਰੂਮ ਤੁਹਾਡੇ ਬਾਥਰੂਮ ਤੱਕ ਜਿਹੜਾ ਹੈਗਾ ਦਿਖ ਰਹੀ ਹੈ ਔਰ ਮੀਡੀਆ ਜਿਹੜਾ ਹੈਗਾ ਜਿੰਦਾ ਕਿ ਇਹ ਫਰਜ਼ ਹੁੰਦਾ ਹੈ ਕਿ ਲੋਕਾਂ ਨੂੰ ਜਾਗਰੂਕ ਕਰੇ ਕਿ ਤੁਹਾਡੇ ਹੱਕ ਖੋਏ ਜਾ ਰਹੇ ਨੇ ਉਹ ਬਿਲਕੁਲ ਇਹਨਾਂ ਕਾਨੂੰਨਾਂ ਦੀ ਗੁਣਗਾਨ ਕਰ ਰਿਹਾ ਅੱਜ ਵੀ ਮੈਂ ਇੱਕ ਪੰਜਾਬ ਦੇ ਇੱਕ ਮੀਡੀਆ YouTube ਚੈਨਲ ਆ ਮੈਂ ਨਾ ਨੀ ਲੰਦਾ ਉਹਦੇ ਤੇ ਇਹਨਾਂ ਕਾਨੂੰਨਾਂ ਦੀ ਤਰੀਫ ਹੋ ਰਹੀ ਸੀ ਮਤਲਬ ਇੱਕ ਹਿਡਨ ਤਰੀਫ ਹੋ ਰਹੀ ਸੀ ਮਤਲਬ ਉਹਦੀਆਂ ਧਰਾਵਾਂ ਦੀ ਜਿੰਨੀਆਂ ਵੀ ਇਹਦੇ ਚ ਕੁਝ ਇੱਕ ਦੋ ਧਰਾਵਾਂ ਜਿਹੜੀਆਂ ਉੱਚੰਗੀਆਂ ਜਿਹਨੂੰ ਕਹਿ ਸਕਦੇ ਆ ਉਹ ਵੀ ਜਿਹੜੀਆਂ ਪਹਿਲੀਆਂ ਰੱਖੀਆਂ ਗਈਆਂ ਨੇ ਉਹਨਾਂ ਦੀ ਤਾਰੀਫ ਹੋਈ ਸੀ ਜਸਟੀਫਾਈ ਕੀਤਾ ਜਾ ਰਿਹਾ ਸੀ ਪਹਿਲੀ ਗੱਲ ਜਿਹੜੇ ਕਾਨੂੰਨ ਬਿਨਾ ਪਾਰਲੀਮੈਂਟਰੀ ਡਿਬੇਟ ਤੋਂ ਪਾਸ ਕੀਤੇ ਗਏ ਨੇ ਉਹ ਜਨੇ ਮਰਜ਼ੀ ਚੰਗੇ ਹੁਣ ਉਹ ਉਹਨਾਂ ਦੀ ਕੋਈ ਤਾਰੀਫ ਕਰਨੀ ਬਣਦੀ ਇਹ ਨਹੀਂ ਕਿਉਂਕਿ ਚੰਗੇ ਤਾਂ ਫੇਰ ਪਤਾ ਲੱਗਣਗੇ ਨਾ ਜੇ ਉਹਦਾ ਐਕਸਪਰਟ ਜਿਹੜਾ ਹੈਗਾ ਉਹਦਾ ਨਰਸਿਸ ਕਰੂਗਾ ਮੰਨ ਲਓ ਕਿਸੇ ਦੀ ਡੈਥ ਹੋ ਗਈ ਉਹ ਤਾਂ ਕਿਵੇਂ ਹੋਈ ਇਹ ਤਾਂ ਫੇਰ ਪਤਾ ਲੱਗੇਗਾ ਨਾ ਜਿਹੜਾ ਡਾਕਟਰ ਦਾ ਪੋਸਟਮਾਰਟਮ ਕਰੇਗਾ ਤਾਂ ਇਹ ਤਾਂ ਹੁਣ ਅਦਾਲਤਾਂ ਚ ਆਉਣਗੇ ਵਕੀਲਾਂ ਨਾਲ ਤੇ ਬਹਿਸ ਕਰਨਗੇ ਜੱਜ ਇਹਨਾਂ ਦੇ ਫੈਸਲੇ ਦੇਣਗੇ ਹੁਣ ਪਤਾ ਲੱਗੇਗਾ ਕਿ ਉਹ ਤੋਂ ਬਾਅਦ ਪਤਾ ਲੱਗੇਗਾ ਕਿ ਕਾਨੂੰਨਾਂ ਚ ਪ੍ਰੋਬਲਮ ਹੈ ਕੀ ਕੀ ਆ ਇਹ ਤਾਂ ਤੁਹਾਨੂੰ ਜਿੰਨੀਆਂ ਪ੍ਰੋਬਲਮ ਦਸੀ ਨੇ ਇਹ ਬਹੁਤ ਉਪਰੀ ਮੈਂ ਜਿਸ ਨਜ਼ਰ ਮਾਰ ਕੇ ਮੈਂ ਤੁਹਾਨੂੰ ਦੱਸ ਰਿਹਾ ਆ ਅਦਰਵਾਈਜ਼ ਇਹਦੇ ਚ ਇੰਨੀਆ ਕ ਪ੍ਰੋਬਲਮ ਇੰਨਾ ਕਾਇਓਸ ਕ੍ਰੀਏਟ ਹੋਏਗਾ ਇਹਨਾਂ ਦੀ ਜਿਹੜੀ ਕਾਨੂੰਨਾਂ ਦੀ ਵਿਆਖਿਆ ਦੇ ਵੇਲੇ ਕਿ ਇਹ ਨਹੀਂ ਪਤਾ ਕਿ ਕਿਹੜਾ ਦੋਸ਼ੀ ਛੁੱਟ ਜਾਵੇ ਔਰ ਕਿਹੜਾ ਬੇਕਸੂਰ ਟੰਗਿਆ ਜਾਵੇ ਹੂੰ ਜਦਦੇ ਜਦਦੇ ਮੈਂ ਇਹ ਜਾਨਣਾ ਚਾਹੁੰਦੀ ਆ ਕਿ ਜਿਸ ਤਰੀਕੇ ਦੇ ਨਾਲ ਹਾਹਾ ਕਾਰਮਚੀ ਹੋਈ ਹੈ ਬਹੁਤ ਵੱਡੇ ਪੱਧਰ ਤੇ ਵਿਵਾਦ ਵੀ ਹੋ ਰਹੇ ਨੇ ਕੁਝ ਮੀਡੀਆ ਪਲੈਟਫਾਰਮਸ ਨੂੰ ਛੱਡ ਕੇ ਕੀ ਇਹਨਾਂ ਕਾਨੂੰਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਸੁਪਰੀਮ ਕੋਰਟ ਚੁਣੌਤੀ ਦਿੱਤੀ ਗਈ ਸੀ ਕਾਨੂੰਨ 1 ਜੁਲਾਈ ਨੂੰ ਲਾਗੂ ਹੋਣੇ ਸੀ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਹਲੇ ਇਹ ਕਾਨੂੰਨ ਲਾਗੂ ਨਹੀਂ ਹੋਇਆ ਜਦ ਕਿ ਲਾਗੂ ਹੋਣ ਦੀ ਡੇਟ ਆ ਚੁੱਕੀ ਸੀ ਤੋਂ ਚੁਣੌਤੀ ਇਸ ਤਰ੍ਹਾਂ ਨਹੀਂ ਕਿ ਤੁਸੀਂ ਸਾਰੇ ਸਾਰੇ ਐਕਟ ਨੂੰ ਚੁਣੌਤੀ ਦੇ ਦੋ ਚੁਣੌਤੀਆਂ ਦਿੱਤੀਆਂ ਜਾਣਗੀਆਂ ਉਹ ਚੁਣੌਤੀ ਕਿਸ ਤਰ੍ਹਾਂ ਕਿਸੇ ਕਾਨੂੰਨ ਨੂੰ ਤੁਸੀਂ ਕਿਸ ਤਰੀਕੇ ਨਾਲ ਦੇ ਸਕਦੇ ਹੋ ਜੇ ਉਹ ਕਾਨੂੰਨ ਤੁਹਾਡੇ ਫੰਡਮੈਂਟਲ ਰਾਈਟ ਜਿਹੜੇ ਨੇ ਜੇ ਉਹਨਾਂ ਦਾ ਉਹ ਵਾਇਲੇਸ਼ਨ ਕਰ ਰਿਹਾ ਉਹਨਾਂ ਦਾ ਹਨਨ ਕਰ ਰਿਹਾ ਤਾਂ ਤੁਸੀਂ ਉਹਦੇ ਖਿਲਾਫ ਹਾਈ ਕੋਰਟ ਚ ਜਾ ਸਕਦੇ ਹੋ ਜਾਂ ਸੁਪਰੀਮ ਕੋਰਟ ਜਾ ਸਕਦੇ ਹੋ ਤਾਂ ਹੁਣ ਜਦੋਂ ਇਹ ਕਾਨੂੰਨ ਲਾਗੂ ਕਿੱਥੇ ਜਾਣਗੇ ਕਿਸੇ ਐਫਆਈਆਰ ਹੋਊਗੀ ਜਾਂ ਪ੍ਰੋਸੀਜਰਲ ਕੋਈ ਕਿਸੇ ਨਾਲ ਇਨਜਸਟਿਸ ਹੋਏਗਾ ਤਾਂ ਉਹ ਡੈਫੀਨੇਟਲੀ ਫਿਰ ਉਹ ਅਲੱਗ-ਅਲੱਗ ਕਲੀ-ਕਲੀ ਧਾਰਾ ਜਿਹੜੀ ਹੈਗੀ ਆ ਉਹ ਚੈਲੰਜ ਹੋਏਗੀ ਔਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਉਹਨੂੰ ਰੱਦ ਕਰ ਸਕਦੀ ਔਰ ਬਹੁਤ ਸਾਰੀਆਂ ਧਾਰਾਵਾਂ ਹੈਗੀਆਂ ਮੈਨੇ ਜਿਸ ਤਰ੍ਹਾਂ ਧਾਰਾ 303 ਸੀਗੀ ਆਈਪੀਸੀ ਦੀ ਜਿਹੜੀ 1860 ਦਾ ਜਿਹਦੇ ਚ ਇਹ ਸੀ ਕਿ ਜੇ ਕਿਸੇ ਬੰਦੇ ਨੇ ਉਮਰ ਕੈਦ ਦੀ ਜਿਹਨੂੰ سزا ਹੋਈ ਆ ਉਮਰ ਕੈਦ ਦੇ ਦੌਰਾਨ ਉਹਨੇ ਮਰਡਰ ਕਰਤਾ ਤਾਂ ਫਿਰ ਜਿਹੜੀ ਅਗਲੀ ਸਜ਼ਾ ਉਹਨੂੰ ਉਮਰ ਕੈਦ ਨਹੀਂ ਸਿੱਧੀ ਮੌਤ ਸੀ ਉਹ ਮੱਛੀ ਸਿੰਘ ਵਰਸਸ ਸਿਟੋ ਪੰਜਾਬ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਉਹ ਧਾਰਾ ਰੱਦ ਕਰ ਦਿੱਤੀ ਗਈ ਜਿਸ ਤਰ੍ਹਾਂ ਇਹ ਜਿਹੜਾ ਅਡਲਟਰੀ ਦਾਕ ਸੀਗਾ ਕਿ ਜਿਸ ਤਰ੍ਹਾਂ ਕਿਸੇ ਦੇ ਐਕਸੈਮੀਨਰ ਫੇਲਸ ਨੇ ਉਹ ਸੁਪਰੀਮ ਕੋਰਟ ਨੇ ਰੱਦ ਕਰਤੀ 375 ধারা ਜੀ ਦੇ ਚੰਸੈਨਸੂਅਲ ਜਿਹੜਾ ਫਿਜ਼ੀਕਲ ਰਿਲੇਸ਼ਨਸ਼ਿਪ ਸੀ ਬਿਟਵੀਨ ਟੂ ਅਡਲਟਸ ਉਹ ਧਾਰਾ ਨਿਊਟਰਲਾਈਜ਼ ਕਰਤੀ ਸੀ ਸੁਪਰੀਮ ਕੋਰਟ ਨੇ ਤੋਂ ਇਸ ਤਰੀਕੇ ਨਾਲ ਪਾਰਲੀਮੈਂਟ ਕੋਲ ਪਾਵਰ ਹੈ ਕਿ ਉਹ ਹਾਲ ਟੁਗੇਦਰ ਕਾਨੂੰਨ ਬਦਲ ਦੇਵੇ ਤੇ ਸੁਪਰੀਮ ਕੋਰਟ ਹਾਈ ਕੋਰਟ ਕੋਲ ਇਹ ਪਾਵਰ ਹੈ ਕਿ ਜੇ ਉਹ ਕੋਈ ਧਾਰਾ ਕਾਨੂੰਨ ਦੀ ਸਾਡੇ ਫੰਡਾਮੈਂਟਲ ਰਾਈਟ ਨੂੰ ਵਾਇਲਟ ਕਰ ਰਹੀ ਹੈ ਸੰਵਿਧਾਨ ਦੇ ਅਨੁਕੂਲ ਨਹੀਂ ਹੈ ਤਾਂ ਉਹ ਉਹਨੂੰ ਰੱਦ ਕਰ ਸਕਦੀ ਹੈ ਜਿਸ ਤਰ੍ਹਾਂ ਸੈਕਸ਼ਨ 67 ए एंड बी ਔਰ ਫਿਰ ਇੰਡੀਅਨ ਡਾਟਾ ਟੈਲੀਕਮ ਆਪਣਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਸੀਗਾ ਜਿਹਦੇ ਚ ਕਿਸੇ ਤੇ ਵੀ ਪਰਚਾ ਦੇ ਦਿੱਤਾ ਜਾਂਦਾ ਸੀਗਾ ਕੋਈ ਮਤਲਬ ਉਹ ਸੁਪਰੀਮ ਕੋਰਟ ਨੇ ਉਹ ਜਿਹੜੀ ਧਾਰਾ ਰੱਦ ਕੀਤੀ ਸੀ। ਤੋਂ ਇਸ ਤਰੀਕੇ ਨਾਲ ਕੱਲੀ ਕੱਲੀ ਧਾਰਾ ਨੂੰ ਜਦੋਂ ਜੁਮੇ ਜੁਮੇ ਪ੍ਰੈਕਟੀਕਲ ਪ੍ਰੋਬਲਮ ਸਾਹਮਣੇ ਆਊਗੀ ਉਹ ਉਦੋਂ ਪਤਾ ਲੱਗੇਗਾ ਔਰ ਬਿਲਕੁਲ ਚੈਲੰਜ ਵੀ ਕੀਤਾ ਜਾਊਗਾ ਔਰ ਧਾਰਾਵਾਂ ਜਿਹੜੀਆਂ ਰੱਦ ਵੀ ਹੋ ਸਕਦੀਆਂ। ਹੂੰ ਠੀਕ ਹੈ ਜਗਤਾਰ ਸਿੰਘ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਜਿਹੜੇ ਤਿੰਨ ਅਪਰਾਧਿਕ ਕਾਨੂੰਨ ਭਾਰਤ ਸਰਕਾਰ ਨੇ ਲਾਗੂ ਕੀ ਸਰਕਾਰ ਨੇ ਤੈਅ ਕਿਹਾ ਹੈ ਕਿ ਨਿਆਂ ਲਈ ਰਸਤਾ ਖੁੱਲੇਗਾ ਪਰ ਜੋ ਗੱਲਬਾਤ ਅਸੀਂ ਵਕੀਲ ਸਾਹਿਬ ਨਾਲ ਕੀਤੀ ਹੈ ਉਹਦੇ ਤੋਂ ਇਹ ਲੱਗਦਾ ਹੈ ਕਿ ਅਨਿਆਂ ਦੇ ਲਈ ਜਿਹੜਾ ਰਸਤਾ ਹੈ ਉਹ ਖੁੱਲ ਰਿਹਾ ਹੈ ਅਸਦੀ ਗੱਲਬਾਤ ਦੇ ਵਿੱਚ ਨਹੀਂ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਤਲੁਜ ਟੀਵੀ ਸੱਚ ਦਾ ਨਿਰੰਤਰ ਵੰਡਦਾ ਦਰਿਆ